Gentlemen, I'm Garrison Grewal from Los Angeles, California. Welcome to NRA Press Club as a team right now. 2 days. I will start from the top there. Harinder Singh Cheema ji, eh lawyers ne, Windsor, Canada to ne. Aur secondly, Gupta saab ne, professor aur Michigan to ne. Apne Peshwara Singh ji, eh architect engineer ne, BSc, MSc in England to kiti hai, bade qualified ne aur part lende ne apne community de vich. Acha, dusre number te Harbhajan Samra ji, master in economics. Eh apne California de vich ਇਹਨਾਂ ਦਾ ਕਾਫੀ ਹੋਲਡ ਹੈਗਾ ਫਾਰਮਿੰਗ ਦੇ ਵਿੱਚ ਸਪਲਾਇਰ ਨੇ ਔਰ ਭਿੰਡੀ ਇਹਨਾਂ ਨੂੰ ਅਸੀਂ ਤਾਂ ਵੈਸੇ ਓਕਰਾ ਕਿੰਗ ਹੀ ਕਹਿੰਦੇ ਹਾਂ ਪਰ ਕੁਛ ਲੋਕ ਇਹਦੇ ਓਕਰਾ ਕਿੰਗ ਇਹਨਾਂ ਨੂੰ ਜ਼ਿਆਦਾ ਜਾਣਦੇ ਨੇ ਹਰਭਜਨ ਸਮਰਾ ਤੋਂ ਅੱਛਾ ਲੈਟ ਮੀ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਟੌਪਿਕ ਤਾਂ ਹੋਰ ਸੀਗਾ ਪਰ ਟੌਪਿਕ ਅਸੀਂ ਨਵਾਂ ਸਟਾਰਟ ਹਰਭਜਨ ਨਾਲ ਸਵੇਰੇ ਮੇਰੀ ਗੱਲਬਾਤ ਹੋਈ ਤਾਂ ਟੌਪਿਕ ਸਾਨੂੰ ਇਹ ਲਿਆਉਣਾ ਹੀ ਪਿਆ ਵੈਸੇ ਚਾਹੁੰਦੇ ਨਹੀਂ ਸੀ ਲਿਆਉਣਾ ਪਰ ਲਿਆਉਣਾ ਪਿਆ ਕਿਉਂਕਿ ਜਿਹੜੇ ਸਾਡੇ ਬੱਚੇ ਆ ਨਾ ਜਦੋਂ ਵੀ ਕਿਸੇ ਦਾ ਡਿਵੋਰਸ ਹੁੰਦਾ ਹੈਗਾ ਅਸੀਂ ਬੱਚਿਆਂ ਨੂੰ ਇਨਵੋਲਵ ਕਰ ਲੈਂਦੇ ਹਾਂ ਸਪੈਸ਼ਲੀ ਲੇਡੀਜ਼ ਜਾਂ ਸਪਾਊਸ ਕਹਿ ਸਕਦੇ ਹਾਂ ਆਦਮੀ ਵੀ ਕਰ ਲੈਂਦੇ ਆ ਉਹਦੇ ਨਾਲ ਕੀ ਆ ਕਿ ਜਿਹੜੇ ਇਸ਼ੂ ਅਸੀਂ ਅੰਡਰਸਟੈਂਡ ਕਰਦੇ ਹਾਂ ਕਿਉਂਕਿ USA 'ਚ ਲੋਕ ਡਿਫਰੈਂਟ ਤਰੀਕੇ ਨਾਲ ਬਿਲੀਵ ਕਰਦੇ ਆ ਇੰਡੀਆ ਸਾਡਾ ਕਲਚਰ ਡਿਫਰੈਂਟ ਹੈਗਾ ਉੱਥੇ ਲੋਕਾਂ ਨੂੰ ਥੋੜ੍ਹਾ ਜਿਹਾ ਅਟੈਚਮੈਂਟ ਹੁੰਦੀ ਆ ਕਿ ਲੇਡੀਜ਼ ਨਾਲ ਬੜਾ ਧੱਕਾ ਹੋ ਰਿਹਾ ਪਰ ਇੱਥੇ ਹੁਣ ਕੰਟਰੀਆਂ ਦੇ ਵਿੱਚ ਲੇਡੀਜ਼ ਵੀ ਬਰਾਬਰ ਚੱਲ ਰਹੀਆਂ ਨੇ ਪੂਰੇ ਜ਼ੋਰਾਂ ਸ਼ੋਰਾਂ 'ਤੇ ਕੋਈ ਸ਼ੱਕ ਨਹੀਂ ਹੈਗਾ ਪਰ ਜਦੋਂ ਡਿਵੋਰਸ ਹੁੰਦਾ ਉਹਦੇ ਵਿੱਚ ਕੁਛ ਮੇਰੇ ਕੋਲ ਵੀ ਪਰਸੈਂਟੇਜ ਹੈਗੀ ਆ ਉਹ ਚੱਲਦਾ ਜਿਹਦੇ ਵਿੱਚ ਹਰਭਜਨ ਸਮਰਾ ਜੀ ਆਪਣੀ ਇਹਨਾਂ ਨੇ ਕਿਹਾ ਕਿ ਲੈਟ ਮੀ ਸਟਾਰਟ ਇਟ ਟੂਡੇ ਵੀ ਹੈਵ ਟੂ ਟੇਕ ਅਵੇਅਰਨੈਸ ਟੂ ਦਾ ਪਬਲਿਕ ਵਟ ਇਜ਼ ਹੈਪਨਿੰਗ ਹਰਭਜਨ ਜੀ ਤੁਸੀਂ ਆਪਣਾ ਕਾਫੀ ਤੁਹਾਨੂੰ ਐਕਸਪੀਰੀਅੰਸ ਹੈਗਾ ਜ਼ਿੰਦਗੀ ਦਾ ਤੇ ਲੈਟ ਮੀ ਸਟਾਰਟ ਫਰੋਮ ਯੂ ਹਰਭਜਨ ਸਮਰਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਹਾਂਜੀ ਵਿਊਅਰਸ ਨੂੰ ਵੀ ਹਾਂਜੀ ਤੇ ਮੇਰੇ ਵੱਲੋਂ ਅੱਜ ਕੱਲ ਬੜਾ ਹੌਟ ਟੌਪਿਕ ਹੈ 2-3 ਦਿਨ ਤੋਂ ਭਗਵੰਤ ਮਾਨ ਦੀ ਬੇਟੀ ਅੱਗੇ ਆਈ ਆ ਤੇ ਉਹ ਭਗਵੰਤ ਮਾਨ ਦਾ ਪਿਛੋਕੜ ਜਿਹੜਾ ਉਹ ਦੱਸ ਰਹੀ ਆ ਤੇ ਉਹ ਇੱਕ ਪਬਲਿਕ ਫਿਗਰ ਹੈਗੀ ਆ ਐਨੀਵੇ ਹੀ ਇਜ਼ ਅਵਰ ਚੀਫ ਮਿਨਿਸਟਰ ਵੀ ਸਾਰਿਆਂ ਨੂੰ ਸਾਨੂੰ ਉਹਦੀ ਇੱਜ਼ਤ ਕਰਨੀ ਚਾਹੀਦੀ ਆ ਪਰ ਔਨ ਦਾ ਅਦਰ ਹੈਂਡ ਸਾਨੂੰ ਦੇਖਣਾ ਚਾਹੀਦਾ ਸਾਡੀ ਸੋਸਾਇਟੀ ਦੇ ਵਿੱਚ ਜਦੋਂ ਤੱਕ ਗਲੋਬਲਾਈਜ਼ ਹੋਇਆ ਨਾ ਬਹੁਤਾ ਕੁਛ ਗਲੋਬਲਾਈਜ਼ ਹੋ ਗਿਆ ਸਾਡਾ ਕਲਚਰ ਵੀ ਗਲੋਬਲਾਈਜ਼ ਹੋ ਗਿਆ ਹੋ ਰਿਹਾ ਅਸੀਂ ਵੀ ਆਰ ਇਨ ਦਾ ਸਟੇਟ ਆਫ ਟ੍ਰਾਂਜੀਸ਼ਨ ਤਬਦੀਲੀ 'ਚ ਅੱਗੇ ਸਾਡੇ ਸੋਸਾਇਟੀ 'ਚ ਡਿਵੋਰਸ ਬੜੀਆਂ ਘੱਟ ਹੁੰਦੀਆਂ ਸੀ ਬਹੁਤ ਜ਼ਿਆਦਾ ਇੱਦਾਂ ਵੀ ਹੁੰਦੀ ਸੀ ਵੀ ਜਿਸ ਪਿੰਡ ਦੀ ਕੁੜੀ ਦਾ ਡਿਵੋਰਸ ਹੋ ਗਿਆ ਲੋਕ ਉੱਥੇ ਮੁੰਡੇ ਵਿਆਹਣ ਤੋਂ ਵੀ ਕਤਰਾਉਂਦੇ ਹੁੰਦੇ ਸੀ ਪਰ ਹੁਣ ਜਿਹੜਾ ਹੋ ਗਿਆ ਇਹ ਥੋੜ੍ਹਾ ਜਿਹਾ ਕੌਮ ਅਸੀਂ ਇੱਧਰ ਸਿੱਖ ਕੇ ਵੀ ਜੇ ਨਹੀਂ ਬਣਦੀ ਤਾਂ ਅੱਗੇ ਤਾਂ ਨਹੀਂ ਬਣਦੀ ਸੀ ਤਾਂ ਵਿੱਚ ਰਿਸ਼ਤੇਦਾਰ ਪੈ ਕੇ ਸੱਜਣ ਮਿੱਤਰ ਪੈ ਕੇ ਦੇ ਟਰਾਈ ਟੂ ਪੁੱਲ ਇਟ ਪੁਲਿਟ ਦਾ ਕਾਰਨ ਇਹ ਸੀਗਾ ਵੀ ਮੇਨ ਥਿੰਗ ਹੁੰਦੀ ਸੀ ਜਦੋਂ ਬੱਚੇ ਇਨਵੋਲਵ ਆ ਜਦੋਂ ਵਿਆਹ ਹੋ ਗਿਆ ਤੁਹਾਡੇ ਬੱਚੇ ਹੋ ਗਿਆ ਜਦੋਂ ਫਿਰ ਬੱਚਿਆਂ ਦਾ ਕੋਈ ਅੱਗਾ ਪਿੱਛਾ ਨਹੀਂ ਰਹਿੰਦਾ ਜਦੋਂ ਤੁਹਾਡਾ ਡਿਵੋਰਸ ਹੋ ਜਾਂਦਾ ਤੇ ਕਈ ਵਾਰੀ ਤੁਸੀਂ ਉਹੀ ਮੇਰੇ ਕਹਿੰਦਾ ਮਤਲਬ ਹੈ ਵੀ ਐਡੀ ਵੱਡੀ ਗੱਲ ਵੀ ਨਹੀਂ ਹੁੰਦੀ ਕਿਸੇ ਲਾਲਚ ਵੱਸ ਆ ਕੇ ਡਿਵੋਰਸ ਕਰ ਲੈਂਦੇ ਹਾਂ ਇੱਕ ਦੋ ਲਾਈਫ ਹੁੰਦੀਆਂ ਇੱਕ ਜਿਹੜਾ ਵਰਕਿੰਗ ਸਪਾਊਸ ਆ ਉਹ ਆਦਮੀ ਵੀ ਹੋ ਸਕਦਾ ਜਨਾਨੀ ਵੀ ਹੋ ਸਕਦੀ ਹੈ ਵਰਕਿੰਗ ਸਪਾਊਸ ਹੈਵ ਡਿਫਰੈਂਟ ਰਿਸਪੋਂਸੀਬਿਲਟੀਜ਼ ਜ਼ਿੰਮੇਵਾਰੀਆਂ ਉਹਦੀਆਂ ਤੇ ਇੱਕ ਜੇ ਖੁਦਾ ਦਾ ਖਾਲਸਾ ਉਹਨਾਂ 'ਚ ਨੋਨ ਵਰਕਿੰਗ ਸਪਾਊਸ ਹੋਵੇ ਤੇ ਜੇ ਉਹਦਾ ਕਿਤੇ ਦਿਮਾਗ ਟੇਢਾ ਹੋ ਜਾਏ ਤਾਂ ਫਿਰ ਵਰਕਿੰਗ ਸਪਾਊਸ ਦੀ ਲਾਈਫ ਤੇ ਉਹ ਖਤਮ ਵੀ ਕਰ ਸਕਦੇ ਆ ਹੈ ਨਾ ਪਰ ਇਸ ਲਈ ਉਹ ਜਿਹੜਾ ਹੁਣ ਡਿਵੋਰਸ ਹੋ ਕੇ ਵੀ ਸਾਡੇ ਕਲਚਰ ਦੇ ਵਿੱਚ ਡਿਵੋਰਸ ਹੋ ਕੇ ਵੀ ਉਹਨੂੰ ਆਪਣੇ ਸਪਾਊਸ ਨੂੰ ਛੱਡਦੇ ਨਹੀਂ ਡਿਵੋਰਸ ਕਰਕੇ ਵੀ ਨਹੀਂ ਛੱਡਦੇ ਰੈਸਟ ਆਫ ਦੀ ਲਾਈਫ ਦੇ ਉਹ ਉਹਨੂੰ ਅਟੈਚ ਕਰਨਾ ਚਾਹੁੰਦੇ ਆ ਇੱਧਰ ਬੱਚਿਆਂ ਦੇ ਥਰੂ ਸਮਾਜ ਦੇ ਥਰੂ ਤਾਨੇ ਮਿਹਣੇ ਮਾਰ ਕੇ ਜਾਂ ਤਾਂ ਇਹ ਆ ਵੀ ਉਹ ਡਿਵੋਰਸ ਦੇ ਬੜੇ ਹੱਲ ਆ ਜਿਹੜੇ ਅਖੀਰ ਤੇ ਵੀ ਬੜੇ ਲੋਕੀ ਦੇਖੇ ਆ 5-7 ਸਾਲ ਬਾਅਦ ਇਕੱਠੇ ਹੋ ਜਾਂਦੇ ਆ ਜੇ ਕਿਤੇ ਸੀਜ਼ਨ ਚੰਗਾ ਲੱਗ ਗਿਆ ਭਿੰਡੀ ਦਾ ਤੇ ਮੇਰੀ ਵਾਈਫ ਵੀ ਸ਼ਾਇਦ ਵਾਪਸ ਆ ਜੇ ਇਸੇ ਤਰ੍ਹਾਂ ਹੀ ਭਗਵੰਤ ਮਾਨ ਜੇ ਉਹਨੂੰ ਇੰਨਾ ਹੀ ਜਨਾਨੀ ਨੂੰ ਦਰਦ ਆ ਉਹਦਾ ਤਾਂ ਹੋ ਸਕਦਾ ਉਹਨੂੰ ਆਫਰ ਕਰ ਲੈਂਦੀ ਵੀ ਆਪਾਂ ਇਕੱਠੇ ਹੋ ਜਾਈਏ ਬੱਚਿਆਂ ਕਰਕੇ ਪਰ ਹੁਣ ਉਹਨੇ ਟਾਈਮ ਵੇਟ ਕਰਕੇ ਉਸ ਬੰਦੇ ਨੇ ਵਿਆਹ ਕਰਾ ਲਿਆ ਵਿਆਹ ਕਰਾ ਕੇ ਉਹਦੀ ਜੇ ਜਨਾਨੀ ਪ੍ਰੈਗਨੈਂਟ ਵੀ ਹੋ ਗਈ ਤਾਂ ਉਹਨੂੰ ਐਡਾ ਵੱਡਾ ਸੋਸ਼ਲੀ ਐਡਵਰਟਾਈਜ਼ ਕਰਨ ਦੀ ਕੀ ਲੋੜ ਪਈ ਆ ਉਹਨੇ ਕੋਈ ਅਲੀਗਲ ਤਾਂ ਨਹੀਂ ਕੀਤਾ ਇਹਨਾਂ ਲੋਕਾਂ ਨੇ ਉਹਨੂੰ ਛੱਡਿਆ ਹੁਣ ਬੱਚੇ ਉਦੋਂ ਛੋਟੇ ਸੀ ਹੁਣ ਬੱਚੇ ਜਵਾਨ ਹੋ ਗਏ ਬੱਚਿਆਂ ਨੇ ਆਪਦੀ ਮਾਂ ਦਾ ਸਾਥ ਦਿੱਤਾ ਉਹ ਬੰਦੇ ਨੇ ਆਪਦੀ ਇਕੱਲੀ ਸਟਰਗਲ ਕੀਤੀ ਆਪਦੀ ਸੋਸ਼ਲ ਲਾਈਫ ਪਬਲਿਕ ਲਾਈਫ ਬਣਾਈ ਉਹਨੇ ਹੁਣ ਅਖੀਰ ਤੇ ਜਾ ਕੇ ਜੇ ਉਹਨੇ ਵਿਆਹ ਕਰਵਾ ਲਿਆ ਜਾਂ ਆਪਣਾ ਘਰ ਆਪਣੀ ਲਾਈਫ ਨੂੰ ਕਹਿ ਲਓ ਵੀ ਦੁਬਾਰਾ ਸੈਟਲ ਕਰਨ ਲਈ ਉਸ ਬੰਦੇ ਨੇ ਕੁਛ ਕੀਤਾ ਤਾਂ ਇਹਦਾ ਮਤਲਬ ਕੋਈ ਕ੍ਰਾਈਮ ਤਾਂ ਨਹੀਂ ਗਾ ਇਹ ਪਹਿਲਾਂ ਵੀ ਤਾਂ ਸਾਰਿਆਂ ਨੂੰ ਪਤਾ ਹੀ ਸੀਗਾ ਇਹਨਾਂ ਨੂੰ
वो सारियां गल्लां करनियां जिदा मजीठिए दा भी मैं देख रहा सी ओहदी प्रेस कॉन्फ्रेंस जिहड़ी हैगी आ। नाल ही वो चलते कहिंदे जी दूसरे च शराब पी के चले जांदा अपनी पार्लियामेंट दे विच, पर टू मी पार्लियामेंट दे विच कोई रूल्स रेगुलेशन होने चाहिए है ना, भी केड़ा बंदा पार्लियामेंट जा सकदा, ओहदी केड़े ओह केड़ा रूलिंग पार्टी दा मेंबर सी, प्रूफ की आ ओहदा भी ओह पी के जांदा सी उत्थे। ਉਹ ਐਡਾ ਤੇ ਅਨਾੜੀ ਜਾਂ ਜੰਗਲੀ ਬੰਦਾ ਹੈ ਨਹੀਂ ਵੀ ਉਹ ਕਹਿੰਦੇ ਬੰਦੇ ਉਹਦੇ ਕੋਲੋਂ ਬਹਿਣ ਤੋਂ ਡਰਦੇ ਸੀ ਵੀ ਉਹ ਚੋਂ ਸ਼ਰਾਬ ਦਾ ਮੁਸ਼ਕ ਆਉਂਦਾ। ਕੋਈ ਇੰਨਾ ਵੀ ਅਨਸਿਵਿਲਾਈਜ਼ਡ ਬੰਦਾ ਨਹੀਂ ਹੋ ਸਕਦਾ। ਝੂਠ ਦੀ, ਆਪਾਂ ਤਾਂ ਸਾਰੇ ਸਿਆਣੇ ਬੰਦੇ ਆ ਨਾ, ਝੂਠ ਦੀ ਕੋਈ ਹੱਦ ਹੋਣੀ ਚਾਹੀਦੀ ਹੈ ਨਾ। ਉਹ ਝੂਠ ਬੋਲਣਾ ਕਹਿਣ ਨੂੰ ਤਾਂ ਮੋਦੀ ਸਾਹਿਬ ਨੇ ਵੀ ਕਹਿ ਦਿੱਤਾ ਸੀ ਵੀ 15-15 ਲੱਖ ਰੁਪਈਆ ਹਰ ਇੱਕ ਦੇ ਘਰ 'ਚ ਆ ਜਾਊ, ਉਹ ਕਿੱਥੇ ਆ? ਉਹ ਵੀ ਤਾਂ ਝੂਠ ਹੀ ਸੀ। ਮਤਲਬ ਇਹੋ ਜਿਹੜੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਅਨਐਥੀਕਲ ਚੀਜ਼ਾਂ ਜਿਹੜੀਆਂ, ਜਿਨ੍ਹਾਂ ਦਾ ਕੋਈ ਇੱਕ ਇੰਟੈਲੀਜੈਂਟ ਸਿਆਣੇ ਬੰਦਿਆਂ ਨੂੰ ਕੋਈ ਉਹਦਾ ਮੀਨਿੰਗ ਨਹੀਂ। ਠੀਕ ਆ, ਆਮ ਪਬਲਿਕ ਸ਼ਾਇਦ ਉਹਨਾਂ ਦੇ ਇਹ ਗੱਲਾਂ 'ਚ ਆ ਜਾਂਦੀ ਹੋਵੇ, ਅਤੇ ਉਹ ਜਿਹੜੀਆਂ ਗੱਲਾਂ ਉਹਦੇ ਨਾਲ ਜੋੜਨੀਆਂ, ਉਹਦੇ ਪਰਿਵਾਰ ਦੇ ਨਾਲ ਜੋੜਨੀਆਂ। ਅਤੇ ਇੱਕ ਤਾਂ ਠੀਕ ਆ ਵੀ ਭਾਈ ਸਾਹਿਬ ਗੱਲ ਕਰ ਰਹੇ ਸੀਗੇ ਵੀ ਜਿਹਦੇ ਆਪਦੇ ਸ਼ੀਸ਼ੇ ਦੇ ਘਰ ਆ, ਦੂਜਿਆਂ 'ਤੇ ਪੱਥਰ ਨਹੀਂ ਮਾਰਨੇ ਚਾਹੀਦੇ। ਦੱਸ ਵੀ ਆਈ ਐਗਰੀ ਵਿਦ ਦੈਟ, ਇਹ ਚੀਜ਼ਾਂ ਜੇ ਇਹਨਾਂ ਨੂੰ ਸਮਝ ਹੋਵੇ ਤਾਂ ਲੋਕਾਂ ਦਾ ਟਾਈਮ ਵੇਸਟ ਕਰਨ ਲਈ ਦੇ ਸ਼ੁਡ ਹੈਵ ਨਾਟ ਬਰਾਟ ਦੈਟ, ਯੂ ਨੋ, ਇਹ ਟੌਪਿਕ ਜਿਹੜਾ ਪਬਲਿਕ ਹੋਣਾ ਹੀ ਨਹੀਂ ਚਾਹੀਦਾ ਲੋਕਾਂ ਨੂੰ ਅਫੈਕਟ ਕਰਨ ਲਈ। ਤੇ ਮੇਨ ਜਿਹੜਾ ਰੌਲਾ ਸਾਡੇ ਹੈਗਾ ਟ੍ਰਾਂਜੀਸ਼ਨ ਆਫ ਕਲਚਰ ਜਿਹੜੀ ਆ ਬਦਲ ਰਿਹਾ। ਇੱਥੇ ਬਥੇਰੀ ਦੁਨੀਆ ਦੇ ਡਿਵੋਰਸ ਹੋਏ ਆ, ਕਿੰਨੇ ਕਿੰਨੇ ਇੱਕ ਇੱਕ ਦੋ ਦੋ ਤਿੰਨ ਤਿੰਨ ਵਿਆਹ ਵੀ ਹੋਏ ਹੋਏ ਆ। ਉਹ ਵਿਆਹ ਕਰਕੇ ਆਪੋ ਆਪਣੇ ਕਾਨੂੰਨ ਫਾਲੋ ਕਰਦੇ ਆ। ਜੇ ਬਾਪ ਦਾ ਰੋਲ ਆ ਉੱਥੇ ਬਾਪ ਉਹਨੂੰ ਬੱਚੇ ਨੂੰ ਟੇਕ ਕੇਅਰ ਕਰਦਾ, ਜਿੱਥੇ ਮਾਂ ਦਾ ਰੋਲ ਆ ਮਾਂ ਉਹਦਾ ਟੇਕ ਕੇਅਰ ਕਰਦੀ ਆ। ਇੱਕ ਵਾਰੀ ਫੈਸਲਾ ਹੋ ਗਿਆ, ਦੇ ਰਿਸਪੈਕਟ ਦੈਟ, ਦੇ ਆਨਰ ਦੈਟ। ਸਾਡੇ ਤਾਂ ਉਦੋਂ ਬਾਅਦ ਵੀ ਵਿੱਚੇ ਬੜੇ ਰਹਿੰਦੇ ਆ ਵੀ ਉਹਨੂੰ ਛੱਡਣਾ ਹੀ ਨਹੀਂ ਬੰਦੇ ਨੂੰ, ਜਾਤੀ ਉਹਦੇ ਕੋਲ ਕੁਛ ਨਾ ਕੁਛ ਹੈਗਾ ਵਿਚਾਰੇ ਨੂੰ, ਉਹਦੀ ਸੋਸ਼ਲ ਲਾਈਫ ਵੀ ਨਹੀਂ ਸੈੱਟ ਹੋਣ ਦੇਣੀ। ਜਾਂ ਤਾਂ ਅਸੀਂ ਡਿਵੋਰਸ ਕਰਨੇ ਬੰਦ ਕਰ ਦਈਏ, ਜਾਂ ਫਿਰ ਡਿਵੋਰਸ ਨਾਲ ਰਹਿਣਾ ਸਿੱਖ ਲਈਏ ਵੀ ਡਿਵੋਰਸ ਹੋ ਗਿਆ ਤਾਂ ਫਿਰ ਡਿਵੋਰਸ ਹੋ ਗਿਆ। ਬਾਕੀ ਜਿਹੜੀਆਂ ਚੀਜ਼ਾਂ ਹੁਣ ਪਹਿਲੀਆਂ ਤੁਸੀਂ ਦੱਸਦੇ ਹੋ, ਮੈਂ ਤੁਹਾਨੂੰ ਇੱਕ ਆਪਦੇ ਫੈਮਿਲੀ ਪਰਿਵਾਰ 'ਚੋਂ ਹੀ ਦੱਸ ਰਿਹਾ। ਵਿਦਿਆ ਵਾਜ ਏ ਟਾਈਮ ਕਿ ਜਦੋਂ ਟ੍ਰਾਂਜੀਸ਼ਨ ਦੀ ਗੱਲ ਕਰ ਰਿਹਾ, ਕੱਪੜੇ ਪਾਉਣ ਦਾ ਢੰਗ, ਫੈਸ਼ਨ, ਮੇਰੇ ਭਰਾ ਇੱਥੇ ਸੀਗੇ, ਥੋੜ੍ਹੇ ਪੜ੍ਹੇ ਲਿਖੇ ਹੋਏ ਸੀ। ਜਦੋਂ ਮੇਰੀ ਵਾਈਫ ਆਈ, ਸ਼ੀ ਵਾਜ ਐਜੂਕੇਟਡ, ਆਈ ਐਮ ਐਜੂਕੇਟਡ, ਉਹਨੇ ਘਰੇ ਕਿਤੇ ਸਲਵਾਰ ਦੀ ਜਗ੍ਹਾ ਪਜਾਮਾ ਪਾ ਲਿਆ, ਹੈ ਨਾ। ਉਸ ਬੰਦੇ ਨੇ, ਮੇਰੇ ਭਰਾ ਨੇ ਹੰਗਾਮਾ ਕਰਕੇ ਲੜਾਈ ਕਰ ਦਿੱਤੀ ਉੱਥੇ। ਠੀਕ ਹੈ, ਅਸੀਂ ਪਹਿਲਾਂ ਦੇਖੋ, ਜਿਹੜਾ ਇੱਕ ਐਜੂਕੇਟਡ ਬੰਦਾ ਹੁੰਦਾ ਉਹਦੀ ਜਿਹੜੀ ਵਿਜ਼ਨ ਆ, ਤੁਸੀਂ ਕਿਤਾਬਾਂ ਕੱਢ ਕੇ ਕਾਲਜਾਂ ਸਕੂਲਾਂ ਜਾ ਕੇ ਜਿਹੜੀ ਚੀਜ਼ ਅਨਪੜ੍ਹ ਬੰਦੇ ਨੇ 20 ਸਾਲਾਂ ਬਾਅਦ ਪ੍ਰੈਕਟੀਕਲ ਦੇਖਣੀ ਆ, ਉਹ ਤੁਸੀਂ 20 ਸਾਲ ਪਹਿਲਾਂ ਦੇਖ ਲੈਂਦੇ ਆ। ਯੂ ਨੋ, ਉਹ ਚੀਜ਼ਾਂ ਜਿਹੜੀਆਂ ਹੁਣ ਉਹਨਾਂ ਦੇ ਬੱਚੇ ਆ, ਗਾਹਾਂ ਉਹ ਇੱਥੋਂ ਦੇ ਬੋਰਨ ਆ, ਤੇ ਹੁਣ ਉਹ ਹਾਰਡਲੀ ਕਹਿ ਲਓ ਵੀ ਉਹ ਪਜਾਮੇ ਵੀ ਨਹੀਂ ਪਾਉਂਦੇ ਤੇ ਪੈਂਟਾਂ ਵੀ ਨਹੀਂ ਪਾਉਂਦੇ। ਹੁਣ ਉਹ ਚੀਜ਼ ਕਿੱਥੇ ਗਈ? ਹੁਣ ਉਹ ਸਾਰਾ ਚੇਂਜ ਹੋ ਗਿਆ ਉਹਨਾਂ ਦੇ ਮੁਤਾਬਕ, ਜਦੋਂ ਉਹਨਾਂ ਦਾ ਕੰਟਰੋਲ ਘਟ ਗਿਆ ਉਦੋਂ ਚੇਂਜ ਹੋ ਗਿਆ। ਪਰ ਜੀ ਟ੍ਰਾਂਜੀਸ਼ਨ ਨੂੰ ਟਾਈਮ ਲੱਗਦਾ, ਹੁਣ ਟਾਈਮ ਲੱਗਿਆ 20 ਸਾਲਾਂ 'ਚ, 25 ਸਾਲਾਂ 'ਚ ਉਹਨਾਂ ਦਾ ਵੀ ਦਿਮਾਗ ਚੇਂਜ ਹੋ ਗਿਆ। ਸਾਡਾ ਦਿਮਾਗ 20 ਸਾਲ ਪਹਿਲਾਂ ਕਿਤਾਬਾਂ ਪੜ੍ਹ ਕੇ ਹੋ ਗਿਆ, ਇਹਨਾਂ ਦਾ ਅਨਪੜ੍ਹ ਲੋਕਾਂ ਦਾ, ਥੋੜ੍ਹੇ ਪੜ੍ਹੇ ਲਿਖੇ ਲੋਕਾਂ ਦਾ, ਉਹਨਾਂ ਦਾ ਬਾਅਦ ਵਿੱਚ ਹੋ ਜਾਂਦਾ ਵੀ ਜਦੋਂ ਉਹਨਾਂ ਦੇ ਬਸ ਨਹੀਂ ਚੱਲਦਾ ਉਦੋਂ ਫਿਰ ਉਹਨਾਂ ਨੂੰ ਚੇਂਜ ਹੋਣਾ ਪੈਂਦਾ। ਸੋ ਹਰਭਜਨ, ਮੈਂ ਤੇਰੇ ਤੇ ਆਵਾਂਗਾ, ਬੱਚਿਆਂ ਤੇ ਕੀ ਇਫੈਕਟ ਨਾ ਪਾਉ ਤੇ ਟੌਪ ਤੇ ਆਵਾਂਗੇ ਲੋਕਾਂ ਦਾ। ਚਲੋ ਪੋਲੀਟੀਸ਼ੀਅਨ ਵਟ ਐਵਰ ਦੇ ਡੂਇੰਗ, ਹਰਭਜਨ ਚੀਮਾ ਜੀ ਤੁਸੀਂ ਲਾਅਰ ਹੈਗੇ ਹੋ, ਤੁਹਾਡਾ ਤਾਂ ਲਾਈਫ ਹੀ ਇਹਨਾਂ ਲੋਕਾਂ ਦਾ ਨਿਕਲਦੀ ਆ, ਰੋਜ਼ ਤੁਹਾਡੇ ਕੋਲੇ ਡਿਫਰੈਂਟ ਕਾਈਂਡ ਦੇ ਕੇਸ ਆਉਂਦੇ ਆ, ਪਤਾ ਨਹੀਂ ਤੁਸੀਂ ਕਿਸ ਤਰ੍ਹਾਂ ਡੀਲ ਕਰਦੇ ਹੋ, ਥੋੜਾ ਤੁਸੀਂ ਵੀ ਦੱਸੋ ਬਈ ਇਹ ਸਾਡਾ ਕਲਚਰ ਆ ਜਿਹੜਾ, ਤੇ ਗੋਰਿਆਂ ਦਾ ਕਲਚਰ ਆ ਜਾਂ ਸਾਡੇ ਜਿਹੜੇ ਹੁਣ ਬੰਦੇ ਨੇ 20-20 ਸਾਲ ਬਾਅਦ ਚੇਂਜ ਹੋਏ ਆ, ਅਸੀਂ ਹੁਣ ਡਿਫਰੈਂਟ ਹੈਗੇ ਆ? 20 ਸਾਲ ਪਹਿਲਾਂ, 30 ਸਾਲ ਪਹਿਲਾਂ ਅਸੀਂ ਡਿਫਰੈਂਟ ਹੁੰਦੇ ਸੀ ਥਿੰਕਿੰਗ, ਨਾਓ ਅਸੀਂ ਟੋਟਲੀ ਡਿਫਰੈਂਟ ਆ। ਤੇ ਇਹਦਾ ਕੀ ਤੁਸੀਂ ਕੀ ਰਿਜ਼ਲਟ ਕੱਢਦੇ ਹੋ, ਇਹਦਾ ਕੀ ਜਿਹੜਾ ਕੁਝ ਹੋਇਆ ਹੈਗਾ, ਕਿਉਂ ਹੋਇਆ, ਕੁੜੀ ਨੇ ਕਰਨ ਦੀ ਲੋੜ ਸੀ ਉਹਨੂੰ? ਇਹਨਾਂ ਕਈ ਕਰਵਾਏ ਹੋਣਗੇ, ਬੜਾ ਕੁਝ ਦੱਸ ਸਕਦੇ ਹਾਂ। ਅੱਛਾ, ਚੀਮਾ ਸਾਹਿਬ ਦਾ, ਚੀਮਾ ਸਾਹਿਬ, ਚੀਮਾ ਸਾਹਿਬ ਵੈਰੀ ਥੈਂਕ ਯੂ। ਦੇਖੋ ਜਿਹੜੀਆਂ ਗੱਲਾਂ ਬੇਸਿਕ ਤੁਸੀਂ ਕੁਐਸਚਨ ਰੇਜ਼ ਕੀਤਾ ਤੇ ਸਮਰ ਸਾਹਿਬ ਨੇ ਵੀ ਦੱਸਿਆ ਹੈਗਾ ਕਿ ਬੱਚਿਆਂ ਦਾ ਜੀ ਇਨਵੋਲਵਮੈਂਟ ਦੀ ਗੱਲ ਹੈਗੀ ਆ। ਹਾਂਜੀ ਹਾਂਜੀ, ਬਾਏ ਐਂਡ ਲਾਰਜ ਜੇ ਹੁੰਦਾ ਹੈ ਕਿ ਜਦੋਂ ਇਹ ਸਿਚੁਏਸ਼ਨ ਸੈਪਰੇਸ਼ਨ ਹੋਵੇ ਜਾਂ ਡਾਈਵੋਰਸ ਹੋਵੇ, ਉਹ ਬੱਚਿਆਂ ਦੀ ਕਸਟਡੀ ਕਿਹਦੇ ਕੋਲ ਹੈ, ਐਸੋਸੀਏਸ਼ਨ, ਉਹਦਾ ਇਫੈਕਟ ਤਾਂ ਪੈਂਦਾ ਹੀ ਪੈਂਦਾ। ਉਹ ਬਾਏ ਐਂਡ ਲਾਰਜ ਮਦਰ ਦਾ ਇਨਫਲੂਐਂਸ ਹੁੰਦਾ, ਮਦਰ ਦੇ ਨਾਲ ਬੱਚੇ ਜਾਂਦੇ ਤਾਂ ਉਹਦਾ ਅਸਰ ਹੁੰਦਾ ਹੈ। ਪਰ ਬੱਚੇ ਕਦੋਂ ਕਰਦੇ, ਹੁਣ ਮੈਂ ਜਿਹੜੇ ਬੱਚੇ ਇਸ ਟਾਈਮ ਮੈਚੋਰ ਨੇ ਆਲਰੇਡੀ ਸੀ, ਉਹ ਇਨਫਲੂਐਂਸ ਨੂੰ ਅਸੀਂ ਰੂਲ ਆਊਟ ਨਹੀਂ ਕਰ ਸਕਦੇ, ਮਾਈਨਸ ਕਦੇ ਵੀ ਨਹੀਂ ਕਰ ਸਕਦੇ। ਪਰ ਸਾਨੂੰ ਉਹਦੇ ਨਾਲ ਨਾਲ ਇੱਥੇ ਵੀ ਦੇਖਣਾ ਪਊ ਜਿਹੜੇ ਐਲੀਗੇਸ਼ਨ ਜਾਂ ਜਿਹੜੇ ਗਰਾਊਂਡ ਕਰਦੇ। ਹੁਣ ਜੇ ਟਾਈਮਿੰਗ ਦੀ ਗੱਲ ਕਰਦੇ ਹੋ, ਬੇਸਿਕਲੀ ਮੈਂ ਪਹਿਲੇ ਸਵਾਲ ਇਸੇ 'ਤੇ ਆਏ ਨਾ
या इनडायरेक्ट जो सुनना चाह रहे या कहना भी क्वेश्चन मार्क लग रहा है मजीठिया तक मजीठिया पॉलिटिक्स उन्हें लिया के किया काम ठीक है। पर जो सिचुएशन है कि ये वीडियो 5-6 दिन पहला दी पोस्ट हो चुकी वायरल मजीठी ने कल की है प्रेस कॉन्फ्रेंस ये ऑलरेडी सर्कुलेशन है। ये ठीक है कि उन्नी हवा नहीं मिली उन्नी रिकॉग्निशन नहीं मिली जिन्नी के प्रेस कॉन्फ्रेंस तो बाद हुई है। सो ये पॉलिटिकल एंगल एक सर कि ये जी अपोजिशन ने किया विरोधियों ने किया विरोधियों का मैं पहला जो जवाब दिता से समरा साहब ने कहता भी जो शीशे के घर रेंगे पत्थर नहीं मारते जो पत्थर मारते तो असर पैना ही पैना है जे पत्थर चिक्कड़ च सुटो तो छिट्टे पैने ही पैने ने वह असर वक्रा है। सो बच्चों पर असर तो यह है ही है पर गल यह कि जेडे नाल ही दो समरा जी ने कहा हूँ उन्हें कहता परिवार छड़ के लीगली बिल्कुल ठीक है डाइवोर्स हो गया लीगल हो गया रीमैरिज कर सकता सब कुछ कर सकता है पर वो जी बेटी ने कहा या एलीगेशन है पहला क्लेम भी किया पब्लिक लाइफ कि मैं अपना परिवार वार दिता पंजाब वास्ते बड़ी सिग्निफिकेंट स्टेटमेंट है कि मैं परिवार छड़ दिता सिर्फ पंजाब नूं समर्पित हो गया पॉलिटिक्स करके तो यही उन्हें एलीगेशन लाया भी हूँ पंजाब रह गया पिछले हूँ परिवार जो परिवार ही चाहिए सी द्वारा तो यह परिवार भी द्वारा जोड़िया जा सकता है उन्हें कहा कमेंट किया वो फिर दूजी एलीगेशन जो उत्ते लाया भी बेटे ब्रदर उतो कोठी चो कढ़ता रात को बाहर उत्थे एंटर पहले कभी भी एंटर नहीं किया फिर जे लॉ किया तो रात को अद्धी रात को कढ़ दिता गया। सो यह एलीगेशन तीजा जो उदो भी कहा कि नाओ दी अदर लेडीज प्रैगनेंट तो वो हूँ तो डिलीवरी भी हो गई है ये साइकोलॉजिकल इफेक्ट है ये किसी के कहन कहान की लड़ नहीं बच्चों को फर्क पैंता उन्होंने लगता कि जरा वापस वो पिछे इतने भी आए तो जल तुम ट्रीट प्रॉपरली नहीं किया तो उन्होंने लगता कि भी साडा राइवल आ गया इट मीनस पहला ही असी पासे से तो हूँ तो असं बिल्कुल ही उस खाने चो चले गए। डाइवोर्स हसबेंड वाइफ का होया बच्चों का नहीं होंगे है चाहे जिद मर्जी इन्फ्लुएंस हो एटलीस्ट बच्चे भजन भजन बाप उन्होंने छड़ नहीं सकता है पर बच्चों के जी नैचुरल फीलिंग आई है उन्हें रिएक्ट दिता मैं ये समझता है तो इस करके आप स्पेयर किसी को नहीं कर सकते थोड़ा बहुता कितने ना कितने सारे का कसूर होंगे वो एक्स वाइफ का भी कह सकते हैं बच्चों ने तो इमोशनल होकर किया मैनू नहीं लगता कि चुक चाह के किया। हाँ नैचुरली इन्फ्लुएंस होंगे जो तुम रहने हो एक कंपनी च रहने हो तो सुनते हो जो एक्सपीरियंस करते हो उतों लेंगे वो थोड़े अंदर कितने ना कितने घर करता है तो रिफ्लैक्ट भी होंगे वो है। पर लास्ट जी चीज़ है मैंने लगता दो तीन जो उन्हें कमेंट किए वो मैंने लगता ज्यादा इंपोर्टेंट रख रहे हैं कि परिवार मारिया स्टेट वास्ते दूजा वो ब्रदर ने एंटर नहीं कर दिता कोठी चो फिर उसको छड़ लिया एंड द एंट्री ऑफ थर्ड सिबलिंग उन्हें लगे कि हूं तो असं बिल्कुल ही बाहर करते तो ताही उन्हें कहा कि अज तो बाद साडा कोई नाता नहीं सानू नाल ना जुड़े मेरे ख्याल फिलहाल यही है बाकी नेक्स्ट पे देख लिया कोई होर क्वेश्चन है तो जरूर पेशौरा सिंह जी जी शायद ये हम कुछ ना कुछ कढ़ोगे मैनू पता हैगा गल तो सोचने वाली ये गल हैगी है कि टाइम की गल होंगी है टाइम ठीक जी नहीं कई बार मैं सोचता भी स्पाउस होंगे ना थोड़ा जहा वो इनकोरेज कर देता बच्चे नू, आपदे नू, कि डू इट पॉसिबिलिटी दे शायद चीमा साहब इस चीज़ के नाल सहमत ना हो कुछ लोगों के व्यू है कि जे माँ चाहती होवे कि बेटा नो इज ए ड नो मैटर वट एवर हैपन वी हैव दैट वो कोई ना कोई शायद ना होंगे लोगों के व्यू ने मैं कह रहा मेरे व्यू ने लोगों के व्यू ने यह तो तुम थोड़ा जहा चानना पाओ पिशौरा सिंह जी ढिल्लों साहब ये क्यों हो रहा देखो समरा साहब ने बड़ा वधिया शुरू की थी कि असी साडी ओवरऑल सिचुएशन की है कि इस दौर में आप आए गए आप ठीक है ये ग्लोबलाइजेशन जी है ना वो सिर्फ आ, 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 बाकी चीज़ों की नहीं साडे कल्चर की भी जी ग्लोबलाइजेशन कल्चर भी जरा उस ग्लोबलाइजेशन की मार थले हैगा तो जिस तरह इन्होंने आख्या भी सानू जहाँ तो फिर और असी वो प्रोसेस जरा उन्होंने स्टॉप नहीं कर सकते ग्लोबलाइजेशन का असर असी यह कोई छतरी नहीं बना सकते भी वो साढ़े ते एक्ट ना करे सानू वी आर एक्सपोज टू इट उन्होंने आप ही मुड़ के अगे सुझाव दो गल्लां कीतियां कि जां तां सानू इहदे ते बंद करने चाहिए बंद करिए जां इहदे विच रहना सीख लीए जे डाइवोर्स हुंदा तां फिर रहना किस तरह मैं समझदा आपां नूं इन्हां दोहां गल्लां ते काम करना पवेगा एक तो यह भी करना पड़ेगा कि ये घट किए किए जा सकते या बंद किए किए जा सकते हैं तो दूसरा जरा उन्होंने दसाया कि रहना सीख लीए मैं समझा भी ये सारा जो कुछ हो रहा है ना डर्टी लिनन जी सामने आ रही है लोगों के और बड़ा टेस्टफुल डिसटेस्टफुल जी है वो बहस हो रही है जितने जा रही है ये चो एक चीज़ जी पॉजिटिव है मैं देखना वो यह है कि ये पहलों लोगों को पता से ज नहीं
ਤੇ ਹੁਣ ਉਹਨਾਂ ਦੇ ਜਿਹੜਾ ਜਿਵੇਂ ਨਾ ਰੀਇਨਫੋਰਸ ਹੋ ਜਾਂਦੇ ਗੱਲ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਦੀ ਪੇੜ ਕੀ ਹੁੰਦੀ ਆ, ਬੱਚੇ ਜਿਹੜੇ ਆ ਉਹ ਕਿੰਨਾ ਇਮੋਸ਼ਨਲ ਉਹਨਾਂ ਦਾ ਡੈਮੇਜ ਹੁੰਦਾ, ਔਰ ਇਹਦੇ ਰਿਪਰਕਸ਼ਨ ਜਿਹੜੇ ਆ ਬੜੀ ਦੇਰ ਤੱਕ ਤੁਹਾਨੂੰ ਹੌਂਟ ਕਰਦੇ ਆ। ਕੋਈ ਵੀ ਜਿਹੜਾ ਮਿਸਸਟੈਪ ਜ਼ਿੰਦਗੀ ਦੇ ਵਿੱਚ ਹੈਗਾ, ਤੁਸੀਂ ਇਹ ਨਾ ਸਮਝੋ ਵੀ ਹੁਣ ਪਿੱਛੇ ਰਹਿ ਗਿਆ, ਉਹ ਜਿਹੜਾ ਉਹ ਕਿਸੇ ਵੇਲੇ ਵੀ ਇਟ ਵਿਲ ਕਮ ਐਂਡ ਹਿੱਟ ਯੂਰ ਫੇਸ। ਦੂਸਰਾ ਇੱਕ ਬੜੀ ਵਧੀਆ ਉਹਨਾਂ ਨੇ ਬੱਚਿਆਂ ਨੇ ਜਿਹੜਾ ਪੁਆਇੰਟ ਰੇਜ਼ ਕੀਤਾ ਨਾ ਕਿ ਇਹਨੇ ਡਾਇਵੋਰਸ ਕਰਕੇ ਤੇ ਅਸੀਂ ਉਹਨਾਂ ਨੂੰ ਜਿਵੇਂ ਨਾ ਰਾਹਤ ਮਿਲੀ ਹੁੰਦੀ ਹੈ, ਤੂੰ ਉਹਦੀ ਬੇਟੀ ਤੋਂ ਗੱਲ ਤੋਂ ਕਰਦੇ ਸਾਂ ਤੇ ਸ਼ਾਇਦ ਉਹ ਸਮਝ ਗਏ ਹੋਣਗੇ ਵੀ ਠੀਕ ਆ, ਤੇ ਉਹਨਾਂ ਸਮਝੌਤਾ ਵੀ ਕਰ ਲਿਆ ਉਹ ਵੀ ਇਹਨਾਂ ਨੇ ਪਰਿਵਾਰ ਛੱਡ ਦਿੱਤਾ ਵੀ ਹੁਣ ਇਹ ਆਪਣਾ ਜਿਹੜਾ ਨਾ ਇਹ ਦੇਸ਼ ਲਈ ਕੰਮ ਕਰਨਗੇ, ਦੇਸ਼ ਨੂੰ ਸਮਰਪਿਤ ਹੋ ਗਏ। ਸ਼ਾਇਦ ਉਹਨਾਂ ਨੇ ਉਦੋਂ ਵਿੱਚੋਂ ਅੰਦਰੋਂ ਖੁਸ਼ ਹੋਏ ਹੋਣਗੇ ਵੀ ਸਾਡਾ ਪਿਓ ਸਮਰਪਿਤ ਹੋਇਆ, ਪਰ ਮੈਂ ਸਮਝਦਾ ਕਿ ਉਹ ਇਹ ਉਹਦੇ ਆਪਣੇ ਡਾਇਲੋਗ ਨਹੀਂ, ਇਹ ਉਹਨਾਂ ਨੇ ਕਿਉਂਕਿ ਦੇਸ਼ ਭਗਤਾਂ ਦੇ ਉਹ ਗਰਾਊਂਡ ਤੇ ਜਾਂਦੇ, ਹਰ ਕੋਈ ਉੱਥੇ ਭਗਤ ਸਿੰਘ ਦੇ ਪਿੰਡ ਚਲਾ ਜਾਂਦਾ ਔਰ ਉਹਦੇ ਰੰਗ ਦੀ ਭਾਗ ਮੰਨ ਲੈਂਦਾ, ਤੇ ਉਹਨਾਂ ਦੇ ਇਹ ਤਰਜ਼ ਦੀ ਗੱਲ ਹੈ, ਉਹਨਾਂ ਦੇ ਡਾਇਲੋਗ ਨੇ ਕਿ ਅਸੀਂ ਹੁਣ ਦੇਸ਼ ਨੂੰ ਸਮਰਪਿਤ ਹਾਂ, ਪਰ ਉਹ ਸਮਰਪਿਤ ਸੀ ਵਾਕਿਆ, ਉਹ ਗਲਤਾਂ ਮਤਲਬ ਸਿਰਫ ਉਹ ਕਰਨੀ ਦੇ ਕਥਨੀ ਦੇ ਤੇ ਉਹਨਾਂ ਨੇ ਪਹਿਰਾ ਦਿੱਤਾ, ਪਰ ਇਹ ਜਦੋਂ ਉਹਨਾਂ ਨੂੰ ਇਮੀਟੇਟ ਕਰਦੇ ਆ ਨਾ, ਫਿਰ ਉਹ ਸਿਰਫ ਉਹਨਾਂ ਦੇ ਡਾਇਲੋਗ ਹੀ ਬੋਲਦੇ। ਹੁਣ ਜਿੰਨੇ ਦੇਸ਼ ਭਗਤ ਵੇਖੋ ਤੁਸੀਂ, ਗਦਰੀ ਸਨ ਜਾਂ ਜਿਹੜੇ ਵੀ ਜਿਨ੍ਹਾਂ ਨੇ ਵੀ ਮੂਵਮੈਂਟਸ ਦੇ ਕੰਮ ਵਿੱਚ ਕੰਮ ਕੀਤਾ, ਉਹਨਾਂ ਨੇ ਆਪਣੇ ਪਰਿਵਾਰਾਂ ਵੱਲ ਨਹੀਂ ਮੁੜ ਕੇ ਵੇਖਿਆ ਜਦੋਂ ਤੁਰ ਪਏ ਉਧਰ, ਉਹ ਵਾਕਿਆ ਹੀ ਦੇਸ਼ ਨੂੰ ਸਮਰਪਿਤ ਸੀ। ਪਰ ਕੀ ਇਹ ਲੋਕ ਸਮਰਪਿਤ ਹੈਗੇ ਜਿਹੜੇ ਘੜੀ ਮੁੜੀ ਉੱਥੇ ਜਾਂਦੇ ਭਗਤ ਸਿੰਘ ਦੇ ਪਿੰਡ ਔਰ ਉੱਥੇ ਕੋਈ ਪੱਗ ਉਹ ਜਿਹੀ ਬੰਨ ਲੈਂਦਾ, ਕੋਈ ਮਿੱਟੀ ਨੂੰ ਜਿਹੜਾ ਸਲਾਮ ਕਰਦਾ ਜਾ ਕੇ, ਪ੍ਰਪੋਜ਼ ਇਹ ਕਰਦੇ ਵੀ ਅਸੀਂ ਹੁਣ ਦੇਸ਼ ਨੂੰ ਸਮਰਪਿਤ ਹੋ ਗਏ, ਅਸੀਂ ਆਪਣੇ ਪਰਿਵਾਰ ਦੇ ਨਹੀਂ ਰਹੇ। ਸੋ ਇਹ ਦੋ ਗੱਲਾਂ ਜਿਹੜੀਆਂ ਨਾ ਇਹ ਟੈਸਟਿੰਗ ਜਿਹੜੀ ਹੈ ਨਾ, ਇਹ ਲੋਕਾਂ ਦੇ ਸਾਹਮਣੇ ਵੀ ਹੋ ਰਹੀ ਹੈ ਵੀ ਇਹ ਲੋਕਾਂ ਦੇ ਐਕਚੁਅਲੀ ਵਿੱਚੋਂ ਇਹ ਕਿੱਥੇ ਨੇ ਹੈਗੇ, ਕਿੰਨੀ ਕੁ ਮਤਲਬ ਇਹ ਤਿਆਗ ਕਰ ਸਕਦੇ ਨੇ। ਪਰ ਇਹ ਜਿਹੜੀ ਬਹਿਸ ਜਿੱਧਰ ਨੂੰ ਜਾ ਰਹੀ ਹੈ ਉਹ ਬੜਾ ਹੀ ਇਹ ਤੇ ਪੋਜ਼ਿਟਿਵ ਗੱਲਾਂ ਸੀ ਜਿਹਨਾਂ ਮੈਂ ਕੁਝ ਆਖਿਆ ਵੀ ਲੋਕ ਇਹਦੇ ਪੂਰੀ ਅੰਦਰ ਝਾਤੀ ਜਿਹੜੀ ਆ ਉਹ ਮਾਰਨਗੇ ਵੀ ਕੀ ਆ, ਵਾਟ ਇਜ਼ ਰੀਅਲੀ ਦੇ ਰਿਪਰਕਸ਼ਨ। ਤੇ ਪਰ ਇਹਦੀ ਨੈਗੇਟਿਵ ਇਹ ਹੈ ਕਿ ਪੰਜਾਬ ਦੇ ਇਸ਼ੂ ਜਿਹੜੇ ਨੇ ਉਹਨਾਂ ਦੀ ਕੋਈ ਗੱਲ ਨਹੀਂ ਕਰ ਰਿਹਾ, ਉਹਨਾਂ ਦੇ ਉਹ ਗੱਲ ਉਹਨਾਂ ਦੀ ਹੋਣੀ ਚਾਹੀਦੀ ਹੈ। ਪੰਜਾਬ ਇਸ ਵੇਲੇ ਬੜੇ ਡੀਪ ਕ੍ਰਾਈਸਿਸ ਵਿੱਚ ਆ, ਇਨਵਾਇਰਮੈਂਟਲੀ, ਫਾਈਨੈਂਸ਼ਲੀ, ਉਹ ਸਾਰਾ ਪੋਲੀਟੀਕਲੀ ਜਿਹੜਾ ਨਾ ਪੰਜਾਬ ਇਜ਼ ਬੀਂਗ ਆਈਸੋਲੇਟਡ, ਜਿਸ ਤਰ੍ਹਾਂ ਕੋਈ ਬਾਹਰਲਾ ਸੂਬਾ ਹੁੰਦਾ ਕਿਸੇ ਹੋਰ ਕਿਸੇ ਮੁਲਕ ਦਾ, ਇਟ ਇਜ਼ ਬੀਂਗ ਟ੍ਰੀਟਡ ਲਾਈਕ ਦੈਟ, ਔਰ ਉਹਦੇ ਤੇ ਲੋਕਾਂ ਨੂੰ ਸਾਰਿਆਂ ਨੂੰ ਰਲ ਕੇ ਤੇ ਉਹ ਫੈਡਰਲ ਸਿਸਟਮ ਨੂੰ ਸਟਰੈਂਥਨ ਕਰਨ ਦੀ ਜਿਹੜੀ ਆ ਉਹ ਜੱਦੋਜਹਿਦ ਸ਼ਾਮਲ ਹੋਣਾ ਚਾਹੀਦਾ, ਔਰ ਜਿਹੜੀਆਂ ਹੋਰ ਬਾਕੀ ਪ੍ਰੋਬਲਮਸ ਨੇ ਯੂ ਨੋ 101 ਪੰਜਾਬ ਦੀਆਂ ਉਹਦੀ ਗੱਲ ਨਹੀਂ ਕੋਈ ਕਰ ਰਿਹਾ। ਹੁਣ ਇਹਦੀ ਗੱਲ ਹੀ ਜਾਂ ਉਹ ਘੋੜਿਆਂ ਦੀ ਗੱਲ ਹੋ, ਅਰਬੀ ਘੋੜਿਆਂ ਦੀ ਤੇ ਜਾਂ ਭਗਵੰਤ ਦੇ ਵਿਆਹ ਦੀ, ਪਰ ਦਿਸ ਇਜ਼ ਨੌਨਸੈਂਸ। ਗੁਪਤਾ ਸਾਹਿਬ, ਤੇ ਤੁਸੀਂ ਬੜੇ ਸਮਾਲ ਕਰ ਰਹੇ ਹੋ, ਕੀ ਗੱਲ? ਤੁਸੀਂ ਥੋੜਾ ਕਿਹੜੇ ਤਰੀਕੇ ਨਾਲ ਲੈ ਕੇ ਜਾਓਗੇ ਇਹਨੂੰ ਕੇਸ ਨੂੰ? ਦੇਖੋ, ਜਦ ਗਲੋਬਲਾਈਜੇਸ਼ਨ ਹੁੰਦੀ ਹੈ ਨਾ, ਤੇ ਫਰੀ ਮਾਰਕੀਟ ਫੋਰਸਿਸ ਆਪਰੇਟ ਕਰਦੀਆਂ, ਇੱਕ ਦੂਜੇ ਤੇ ਡਿਪੈਂਡੈਂਸ ਘਟ ਜਾਂਦੀ ਹੈ ਫੈਮਲੀਆਂ 'ਚ, ਕਿਉਂਕਿ ਜਿਹੜਾ ਦੇਖੋ ਜਿਹੜੀ ਹਿਊਮਨ ਸੋਸਾਇਟੀ ਹੈ ਨਾ, ਇੱਕ ਸੋਸ਼ਲ ਐਨੀਮਲ ਹੈ। ਡਿਵੋਰਸ ਇਜ਼ ਏ ਵਰਸਟ ਪਾਰਟ ਆਫ ਦੈਟ, ਹੂ ਡਜ਼ ਇਟ ਦੈਟ ਇਜ਼ ਏ ਡਿਫਰੈਂਟ, ਕਿਉਂਕਿ ਡਿਵੋਰਸ ਇੱਕ ਬੱਚਿਆਂ ਦੇ ਬਹੁਤ ਸੈਟਬੈਕ ਹੁੰਦਾ, ਬੱਚੇ ਨੋ ਮੈਨਸ ਲੈਂਡ 'ਚ ਹੋ ਜਾਂਦੇ ਨੇ। ਹੁਣ ਯੂਰਪੀਅਨ ਸੋਸਾਇਟੀਆਂ 'ਚ ਜਿਹੜਾ ਡਿਵੋਰਸ ਸਿਸਟਮ ਹੈ, ਇਹਦੇ ਡੇਂਜਰ ਇਨਹੈਰੈਂਟ ਕੀ ਹੈ? ਇਹਦੇ 'ਚ ਫਿਰ ਸਟੇਟ ਬੜੀ ਰਿਸਪੋਂਸੀਬਲ ਹੋ ਜਾਂਦੀ ਹੈ, ਉਹਦੇ 'ਤੇ ਬਹੁਤ ਬਰਡਨ ਪੈ ਜਾਂਦਾ ਹੈ। ਜਿਹੜੇ ਬੱਚਿਆਂ 'ਚ ਡਿਵੋਰਸ ਹੋ ਜਾਂਦੀ ਹੈ, ਅੱਗੇ ਬੱਚਿਆਂ 'ਤੇ ਸਟੇਟ ਸਪੋਰਟ ਕਰਦੀ ਹੈ, ਸੋ ਸਟੇਟ ਬੜੇ ਕ੍ਰਾਈਸਿਸ 'ਚ। ਏਸ਼ੀਅਨ ਸੋਸਾਇਟੀਜ਼ ਨੂੰ ਸਟੱਡੀ ਕਰੋ, ਜਿੱਦਾਂ ਜਿਹੜੇ ਸੋਸ਼ਲਿਸਟ ਵਰਲਡ ਸੀ, ਜਿਹਦੇ 'ਚ ਸੋਵੀਅਤ ਯੂਨੀਅਨ ਦੇ ਕੰਟਰੀ ਸੀਗੇ, ਈਵਨ ਚਾਈਨਾ, ਇਹਨਾਂ ਸੋਸਾਇਟੀਆਂ ਨੂੰ ਜੇ ਤੁਸੀਂ ਸਟੱਡੀ ਕਰੋ 20 ਸਾਲਾਂ 'ਚ, ਇਹਨਾਂ 'ਚ ਵੀ ਡਿਵੋਰਸ ਰੇਟ ਵਧੇ ਹੈ, ਕਿਉਂਕਿ ਫਰੀ ਮਾਰਕੀਟ ਇਕਨੋਮੀ ਕੀ ਕਰਦੀ ਹੈ, ਉਹਦੇ ਵਿੱਚ ਤੁਹਾਡੇ ਐਸਪੀਰੇਸ਼ਨ ਕੰਪੋਨੈਂਟ ਵੱਧ ਜਾਂਦਾ ਹੈ, ਤੁਹਾਡੀ ਕੋਸਟ ਆਫ ਲਾਈਫ ਵੱਧ ਜਾਂਦੀ ਹੈ, ਤੁਹਾਡੀ ਨੀਡਸ ਵੱਧ ਜਾਂਦੀਆਂ ਹੈ, ਕਿਉਂਕਿ ਜਿਹੜਾ ਜਿਹੜਾ ਕ੍ਰਾਈਸਿਸ ਫੈਮਲੀ ਦੇ ਅੰਦਰ 99% ਹੁੰਦਾ ਨਾ, ਇਹ ਫਾਈਨੈਂਸ਼ੀਅਲ ਕ੍ਰਾਈਸਿਸ ਹੈ। ਦੇਖੋ, ਪਹਿਲਾਂ ਫੈਮਲੀਆਂ ਵੱਡੀਆਂ ਹੁੰਦੀਆਂ ਸੀ ਇੰਡੀਆ 'ਚ, 4-5 ਬੱਚੇ ਵੀ ਹੁੰਦੇ ਸੀ, ਕੋਈ ਡਿਵੋਰਸ ਨਹੀਂ ਹੁੰਦਾ ਸੀ, ਉਹਨਾਂ ਨੂੰ ਸਸਟੇਨ ਕਰਦੇ ਸੀ, ਬੜੀ ਡਿਫੀਕਲਟ ਕੰਡੀਸ਼ਨ ਸਸਟੇਨ ਕਰਦੇ ਸੀ। ਤੋ ਸਟਰਗਲ ਦੇ ਪ੍ਰੋਸੈਸ 'ਚ ਜਦ ਫੈਮਲੀਆਂ
ਸਾਡੀ ਹੁਣ ਆਪ ਸਾਡੀ ਅਸੀਂ ਆਪਣੀ ਫੈਮਿਲੀ ਦੀ ਐਗਜ਼ਾਮਪਲ ਦਈਏ, ਉਹ ਬੱਚਿਆਂ ਤੋਂ ਹੀ 30 40 ਸਾਲ ਬੱਚਿਆਂ ਦੀ ਟੇਕ ਕੇਅਰ ਕਰਨ 'ਚ ਜ਼ਿੰਦਗੀ ਕੱਟ ਜਾਂਦੀ ਸੀ, ਡਿਵੋਰਸ ਬਾਰੇ ਤਾਂ ਸੋਚਦੇ ਹੀ ਨਹੀਂ ਸੀ। ਸੋਨ ਅਪੋਜ਼ਿਟ ਹੋ ਗਿਆ, ਹੁਣ ਬੱਚੇ ਘੱਟ ਗਏ, ਡਿਵੋਰਸ ਵੱਧ ਗਏ, ਹਾਲਾਂਕਿ ਬੰਦਿਆਂ ਦੀ ਇਨਕਮ ਵੀ ਵਧੀਆ। ਸੋ ਜਿਹੜਾ ਜਿਹੜਾ ਮਟੀਰੀਅਲ ਵਰਲਡ ਹੈ, ਇਹ ਡਿਵੋਰਸ ਨੂੰ ਇਨਕਰੀਜ਼ ਕਰਦਾ ਹੈ, ਐਸਪੀਰੇਸ਼ਨ ਕੰਪੋਨੈਂਟ ਵੀ ਇਨਕਰੀਜ਼ ਕਰਦਾ ਹੈ, ਕੈਰੀਅਰਿਜ਼ਮ ਵੀ ਇਨਕਰੀਜ਼ ਕਰਦਾ ਹੈ। ਹੁਣ ਲੜਕੀਆਂ ਦਾ ਆਮ ਸਾਡੀ ਫੈਮਿਲੀਆਂ 'ਚ ਇਹ ਹੈ ਕਿ ਭਾਈ ਅਸੀਂ ਤਾਂ ਕੈਰੀਅਰ ਬਣਾਉਣਾ ਆਪਣਾ। ਹੁਣ ਸ਼ਾਦੀਆਂ ਵੀ ਲੇਟ ਹੋ ਰਹੀਆਂ, ਇੰਡੀਆ ਦੀ ਇੰਡੀਆ ਵਰਗੀ ਸੋਸਾਇਟੀ ਦੇ ਅੰਦਰ ਵੀ ਮੈਰਿਜ ਦਾ ਲੇਟ ਕਨਸੈਪਟ ਹੈ, ਕਿਉਂਕਿ ਹਰ ਬੰਦਾ, ਚਾਹੇ ਮੁੰਡਾ ਹੈ ਕੁੜੀ ਹੈ, ਕੁਆਲੀਫਾਈਡ ਹੈ, ਪੜ੍ਹ ਰਿਹਾ ਹੈ, ਉਹ ਕਹਿੰਦੇ ਵੀ 28 30 ਸਾਲ ਤੱਕ ਤਾਂ ਵਿਆਹ ਹੋਈ ਨਾ ਕਰੋ, ਫਿਰ ਵਿਆਹ ਕਰੋ, 5 4 ਸਾਲ ਬੱਚੇ ਨਾ ਕਰੋ, 35 36 ਦੇ ਹੋ ਗਏ, ਜਿਹੜਾ ਹਾਈ ਕੋਸਟ ਆਫ ਲਿਵਿੰਗ ਹੋ ਗਈ, ਰਹਿਣ ਦੀ ਕੋਸਟ ਬਹੁਤ ਵੱਧ ਗਈ। ਸੋ ਇਹ ਜਿਹੜੇ ਸਾਰੇ ਕੰਪੋਨੈਂਟ ਹੈ ਨਾ, ਜਿਹੜੇ ਵਰਲਡ ਦੇ ਨੈਗੇਟਿਵ ਫੈਕਟਰ ਯੂਰਪ 'ਚ ਹੋ ਰਹੇ ਹੈ ਡਿਵੈਲਪ, ਉਹ ਏਸ਼ੀਆ 'ਚ ਵੀ ਜਾ ਰਹੇ ਹੈ। ਓਕੇ, ਥੈਂਕ ਯੂ ਜੀ। ਹਰਭਜਨ ਸਮਰਾ ਜੀ, ਮੈਂ ਨਾ ਕੰਪਿਊਟਰ ਤੇ ਵੀ ਦੇਖ ਰਿਹਾ ਸੀਗਾ ਲੋਕਾਂ ਦੇ ਵਿਊ, ਜਦੋਂ ਕੋਈ ਚੀਜ਼ ਹੁੰਦੀ ਹੈ ਨਾ, ਇਹ ਜੇ ਕੋਈ 15 ਬੰਦੇ ਹੈਗੇ ਆ ਤਾਂ, ਜਾਂ 100 ਬੰਦਾ ਵੀ ਆ, 50 ਵੀ ਆ, ਪਰਸੈਂਟੇਜ ਕੀ ਹੈਗੀ ਆ, ਜਾਂ ਵੈਸੇ ਵੀ ਤੁਸੀਂ ਗੱਲ ਕਰਦੇ ਹੋ 10 ਬੰਦਿਆਂ ਦੇ ਵਿੱਚ, ਆਈ ਐਮ ਟਾਕ ਅਬਾਊਟ ਯੂਨਾਈਟਿਡ ਸਟੇਟ, ਜਾਂ ਬਾਹਰਲੀ ਫੋਰਨ ਕੰਟਰੀ ਦੀ, ਇੰਡੀਆ ਦੀ ਡਿਫਰੈਂਟ ਹੋ ਸਕਦੀ ਆ। ਹੁਣ ਕੁਐਸਚਨ ਇਹ ਹੈਗਾ ਕਿ ਗੁਪਤਾ ਜੀ ਨੇ ਬਿਲਕੁਲ ਠੀਕ ਕਿਹਾ ਵੀ ਸਾਨੂੰ ਉਹ ਟੋਪਿਕ ਨਹੀਂ ਛੇੜਨੇ ਚਾਹੀਦੇ, ਚਲੋ ਉਹ ਇਸ਼ੂ ਨਹੀਂ ਹੈ। ਮੈਂ ਇਹ ਸੋਚਦਾ ਹੈਗਾ ਕਿ ਜਿਹੜਾ ਬੱਚਾ ਹੁਣ ਇਨਵੋਲਵ ਹੋ ਗਿਆ ਇਸ ਚੀਜ਼ 'ਚ, ਉਹ ਇੰਨਾ ਜ਼ਿਆਦਾ ਇਨਵੋਲਵ ਹੋ ਜਾਏਗਾ ਫਿਊਚਰ ਵਾਸਤੇ ਸਾਈਕੋਲੋਜੀਕਲੀ, ਉਹ ਸਿੱਕ ਹੀ ਹੋਣਾ ਲੋਕਾਂ ਨੇ ਕਰ ਦੇਣਾ, ਜਿੱਥੇ ਮੇਲ ਗੇੜ ਆ ਜਾਂ ਗੱਲਾਂ ਬਾਤਾਂ ਨੇ, ਜਾਂ ਜਿਹੜੇ ਲੀਡਰ ਆ ਅਸੀਂ ਕੁਛ ਕਰਦੇ ਹਾਂ। ਚਲੋ ਬੱਚੇ ਨੇ ਕਰਤਾ, ਕੋਈ ਗੱਲ ਨਹੀਂ, ਗਲਤੀ ਕਰ ਜਾਂਦੇ ਆ ਕੋਈ, ਜਾਂ ਮਾਂ ਪਿਓ ਦਾ ਇਨਕਰੇਜਮੈਂਟ ਨਾ। ਇਹਨੂੰ ਤੁਸੀਂ ਕਿਸ ਤਰੀਕੇ ਨਾਲ ਸੋਚਦੇ ਹੋ ਕਿ ਬੱਚਿਆਂ ਨੇ ਤਾਂ ਟਾਈਮ ਤਾਂ ਉਹਨਾਂ ਦੇ ਡਿਫਿਕਲਟ ਆਉਂਦਾ ਹੀ ਆਉਂਦਾ ਜਦੋਂ ਲੜਾਈ ਝਗੜੇ ਹੁੰਦੇ ਆ, ਗੱਲਾਂ ਹੁੰਦੀਆਂ ਨੇ, ਪਰ ਇਹ ਕਿਉਂ ਹੋ ਰਿਹਾ ਜਦੋਂ ਕਿ ਇੱਕੋ ਦੀ ਲਾਈਫ ਹੀ ਡਿਫਰੈਂਟ ਸਟਾਰਟ ਹੋ ਗਈ ਆ, ਤੇ ਅਸੀਂ ਇਹਨਾਂ ਚੀਜ਼ਾਂ ਤੇ, ਅਮਰੀਕਾ ਬਾਹਰਲੇ ਕੰਟਰੀ ਨਹੀਂ ਕਰਦੇ ਹੈਗੇ, ਗੋਰੇ ਨਹੀਂ ਕਰਦੇ ਹੈਗੇ ਮੇਰੇ ਮੁਤਾਬਕ, ਘੱਟ ਕਰਦੇ ਆ, ਕਰਦੇ ਤਾਂ ਹੈਗੇ ਹੋਣਗੇ ਪਰ ਘੱਟ ਕਰਦੇ ਆ। ਚਲੋ ਐਨੀਵੇ, ਤੇ ਤੁਸੀਂ ਕੀ ਇਸ਼ੂ ਨੂੰ ਲੈ ਕੇ ਆਉਣਾ, ਤੁਹਾਡਾ ਤਾਂ ਐਕਸਪੀਰੀਅੰਸ ਆ ਬਹੁਤ ਜ਼ਿਆਦਾ। ਸਭ ਤੋਂ ਜ਼ਿਆਦਾ ਇਫੈਕਟ ਜਿਹੜਾ ਹੁੰਦਾ ਉਹ ਤਾਂ ਬੱਚਿਆਂ ਦੀ ਲਾਈਫ ਤੇ ਹੁੰਦਾ। ਬੱਚੇ ਕਦੀ ਵੀ ਕਿਸੇ ਡਿਵੋਰਸ ਫੈਮਿਲੀ ਦੇ ਬੱਚੇ ਜਿਹੜੇ ਹੁੰਦੇ ਆ, ਉਹ ਕਦੀ ਵੀ ਕਹਿ ਲਓ ਵੀ ਉਹਨਾਂ ਦੀ ਇੰਟੀਗ੍ਰਿਟੀ, ਉਹਨਾਂ ਦੀ ਜਿਹੜੀ ਏਕਤਾ, ਉਹਨਾਂ ਦੀ ਥਾਟਸ ਆ, ਉਹ ਉਹਨਾਂ ਦੇ ਬਿਲਕੁਲ ਹੀ ਉਹਨਾਂ ਤੋਂ ਸਾਰੀ ਉਮਰ ਕਲੈਕਟ ਨਹੀਂ ਹੁੰਦੇ, ਕਿਉਂਕਿ ਦੋਹਾਂ ਪੇਰੈਂਟਸ ਨੇ ਉਹਨਾਂ ਨੂੰ ਆਪਣੀ ਆਪਣੀ ਸਟੋਰੀ ਦੱਸਣੀ। ਉਹ ਕਈ ਵਾਰੀ ਬੱਚੇ ਇਮੈਚਿਓਰ ਹੁੰਦੇ ਆ, ਉਹਨਾਂ ਤੋਂ ਦੇ ਡੋਂਟ ਗੈਟ ਇਟ, ਉਹ ਕਨਫਿਊਜ਼ ਰਹਿੰਦੇ ਆ। ਤੇ ਕਈ ਵਾਰੀ ਉਹ ਤੁਸੀਂ ਜਿਹੜੇ ਸਿਆਣੇ ਬੰਦੇ ਆ, ਉਹ ਜਿਹੜੇ ਦੂਜਾ ਸਪਾਊਸ ਕਿਤੇ ਗਲਤੀ ਵੀ ਕਰੇ ਤਾਂ ਉਹਨੂੰ ਜਰਦੇ ਆ, ਬਈ ਉਹ ਜਰਦੇ ਕਿਉਂ? ਬੱਚਿਆਂ ਕਰਕੇ ਜਰਦੇ ਆ, ਜਿਹਨੂੰ ਬੱਚਿਆਂ ਦਾ ਫਿਕਰ ਆ। ਇਸ ਸੋਸਾਇਟੀ ਵਿੱਚ ਵੀ ਤੁਸੀਂ ਦੇਖ ਲਓ, ਮੇਰੀ ਤਾਂ ਸਟੱਡੀ ਆ, ਜਦੋਂ ਕਿਤੇ ਟੀਨੇਜਰ ਬੱਚੇ ਕਿਤੇ ਵੀ ਗਨ ਸ਼ੂਟਿੰਗ ਹੁੰਦੀ ਆ, ਕੁਛ ਹੁੰਦੀ ਆ, ਤੁਸੀਂ ਕਦੀ ਵੀ ਉਹਨਾਂ ਦੀ ਸਰਚ ਕਰਕੇ ਦੇਖੋ, 99% ਦੇ ਆਰ ਫਰੋਮ ਬ੍ਰੋਕਨ ਫੈਮਿਲੀਜ਼। ਛੁੱਟੀ ਮੇਰਾ ਹੁੰਦੀ ਖੁਦ ਦਾ ਹੋਇਆ, ਆ ਬਿਲਕੁਲ। ਮੇਰੇ ਨਾਲ ਖੁਦ ਨਾ ਹੋਈ ਆ, ਤੇ ਮੈਂ ਖੁਦ ਉਹਨੂੰ, ਮੇਰਾ ਮੇਨ ਜਿਹੜਾ ਹੈਗਾ, ਮੈਂ ਆਪਦੇ ਬੱਚੇ ਨੂੰ, ਉਹਨੂੰ ਪਤਾ ਨਹੀਂ ਕਿੰਨੇ 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 ਤਰੀਕਿਆਂ ਦੇ ਨਾਲ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਸਾਰਾ, ਫੇਰ ਵੀ ਉਸ ਬੰਦੇ ਦੇ ਦੀ ਪੁਆਇੰਟ ਇਜ਼ ਹੀ ਡੋਨਟ ਗੈਟ ਇਟ, ਹੀ ਡੋਨਟ ਨੋ ਕਿ ਇੱਕ ਬਿਜ਼ਨਸਮੈਨ ਦੀਆਂ ਕੀ ਪ੍ਰੋਬਲਮਸ ਹੁੰਦੀਆਂ, ਬਿਜ਼ਨਸਮੈਨ ਨੂੰ ਕਿੰਨੀ, ਬਿਜ਼ਨਸਮੈਨ ਤੇ ਪੋਲੀਟੀਸ਼ੀਅਨ ਜਿਹੜੇ ਆ, ਇਹ ਰੱਬ ਨੇ ਇੱਕ ਬਾਹਲੀ ਡਿਫਰੈਂਟ ਤਰ੍ਹਾਂ ਦੀ ਬਰੀਡ ਬਣਾਈ ਆ। ਬਿਜ਼ਨਸ ਦੇ ਨਾਲ ਇੱਕ ਤਾਂ ਬਿਜ਼ਨਸ ਨੂੰ ਰਨ ਕਰਨਾ ਕੰਪੀਟੀਟਿਵ ਵਰਲਡ ਵਿੱਚ ਔਖਾ, ਨੰਬਰ 2 ਤੇ ਟੂ ਰਨ ਏ ਫੈਮਿਲੀ ਇਜ਼ ਅਨਦਰ ਬਿਜ਼ਨਸ। ਜੇ ਤਾਂ ਫੈਮਿਲੀ ਤੁਹਾਡੇ ਨਾਲ ਆ ਜਾਵੇ, ਤੁਸੀਂ ਉਸ ਬੰਦੇ ਨੂੰ ਉਸ ਇੰਟਰਸਟ ਦਾ ਹੋਵੇ, ਉਸ ਬੰਦੇ ਨੂੰ ਤੁਸੀਂ, ਤੁਹਾਡਾ ਵਿਆਹ ਵੀ ਉਹਦੇ ਨੇ ਹੋਵੇ ਜਿਹੜਾ ਉਸ ਫੀਲਡ ਦਾ ਹੀ ਹੋਵੇ। ਜੇ ਤੁਸੀਂ ਡਿਫਰੈਂਟ ਫੀਲਡ ਚਾਹੁੰਦੇ ਆ ਤਾਂ ਉਹ ਨਹੀਂ ਉਹ ਮੈਚਅਪ ਹੁੰਦਾ, ਤੇ ਉਹ ਬਾਅਦ ਵਿੱਚ ਜਾ ਕੇ ਪ੍ਰੋਬਲਮਸ ਹੁੰਦੀਆਂ। ਸਾਨੂੰ ਹੁਣ ਜਿਹੜੇ ਪ੍ਰੋਡਿਊਸ ਵਾਲੇ ਬੰਦੇ ਆ, ਇਹਨਾਂ ਨੂੰ ਰਾਤ ਨੂੰ 4 ਵਜੇ ਉੱਠਣਾ ਪੈਂਦਾ, ਤੇ ਰਾਤ ਨੂੰ 4 ਵਜੇ ਜਿਹੜੀ ਮੈਰਿਡ ਲਾਈਫ ਆ, ਸੌਣ ਦਾ ਟਾਈਮ ਹੁੰਦਾ। ਨਹੀਂ ਮਤਲਬ ਰਿਐਲਿਟੀ ਜਿਹਾ ਨਾ, ਇਹ ਵੀ ਰੀਜ਼ਨ ਹੈਗੇ ਆ ਜਿਹੜੇ ਲੋਕਾਂ ਦੇ ਕਾਫੀ ਕੰਟਰੀਬਿਊਟ ਕਰਦੇ ਆ। ਨੰਬਰ 2 ਤੇ ਤੁਸੀਂ ਕਦੀ ਵੀ ਜਿਹੜਾ ਤੁਹਾਡਾ ਆਪਣਾ
ਸਪਾਊਸ ਦੀ ਗੱਲ ਹੁੰਦੀ, ਮੇਰੇ ਵਰਗਾ ਬੰਦਾ ਪੈਸੇ ਬਣਾਈ ਜਾਂਦਾ, ਇੱਕ ਬੰਦਾ ਘਰੇ ਖਰਚੀ ਜਾਂਦਾ, ਉਸ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਪੈਸੇ ਕਿੱਦਾਂ ਬਣਦੇ ਆ ਤੇ ਕਿੰਨੇ ਕੁ ਬਣਦੇ ਆ। ਦੇ ਡੋਂਟ ਕੰਟਰੀਬਿਊਟ ਇਨ ਦੇ ਆਰ। ਫਿਰ ਉਹ ਬੱਚੇ ਜਿਹੜੇ ਆ, ਉਹ ਜਿਹੜਾ ਘਰ ਰਹਿੰਦਾ ਸਪਾਊਸ ਉਹਦੇ ਨਾਲ ਰਹਿੰਦੇ ਆ, ਉਹ ਜੋ ਵੀ ਉਹਨਾਂ ਨੂੰ ਦੱਸੇ ਸਮਝਾਵੇ ਉਹ ਹੀ ਸਮਝਦੇ ਆ, ਕਿਉਂਕਿ ਤੁਸੀਂ ਤੇ ਕੰਮ ਤੋਂ ਆਉਣਾ ਤੇ ਉਹ ਸਾਰਾ ਪੈਸੇ ਕਮਾਉਣੇ ਆ, ਤੇ ਜਦੋਂ ਤੁਸੀਂ ਆਉਣਾ ਜਾਤੀ ਸੌਣ ਦਾ ਟਾਈਮ ਹੋਣਾ, ਕਈ ਵਾਰੀ ਬੱਚਿਆਂ ਨੂੰ ਪ੍ਰੋਪਰ ਟਾਈਮ ਵੀ ਨਹੀਂ ਦੇ ਹੁੰਦਾ। ਪਰ ਜੇ ਤਾਂ ਉਹਨਾਂ ਦੇ ਪੇਰੈਂਟ ਉਹਨਾਂ ਨੂੰ ਦੇ ਇਹ ਦੱਸਣ, ਮੈਂ ਵਰਡ ਯੂਜ਼ ਕਰਦਾ ਹੁੰਦਾ ਵਰਕਿੰਗ ਐਂਡ ਨੋਨ ਵਰਕਿੰਗ ਸਪਾਊਸ, ਜਿਹੜੇ ਵਰਕਿੰਗ ਸਪਾਊਸ ਆ ਉਹ ਕਈ ਫੀਮੇਲ ਵੀ ਹੈਗੇ ਆ, ਤੇ ਵਰਕਿੰਗ ਸਪਾਊਸ ਮੈਂ ਵੀ ਜਿਹੜੇ ਮੇਲ ਵੀ ਹੈਗੇ ਆ। ਜਦੋਂ ਵਰਕਿੰਗ ਸਪਾਊਸ ਆ ਜਿਹੜਾ, ਉਹ ਜਿਹੜੇ ਨੋਨ ਵਰਕਿੰਗ ਸਪਾਂਸਰ ਨਾਲ ਬੱਚੇ ਰਹਿ ਜਾਂਦੇ ਉਹ ਉਹਦੇ ਹੀ ਹੋ ਜਾਂਦੇ ਆ, ਤੇ ਉਹ ਜਿਹੜਾ ਉਹ ਹਮੇਸ਼ਾ ਹੀ ਇਹ ਕਹਿੰਦੇ, ਦੇਖਿਆ ਯੂਅਰ ਪਾਪਾ ਔਰ ਯੂਅਰ ਮੰਮਾ ਹੂ ਇਜ਼ ਵਰਕਿੰਗ, ਤੁਹਾਡੀ ਕੇਅਰ ਨਹੀਂ ਕਰਦੇ, ਦੇ ਡੋਂਟ ਲਵ ਯੂ, ਦੈਟਸ ਵਾਈ ਦੇ ਡੋਂਟ ਸਟੇ ਹੋਮ। ਉਹ ਉਹਨਾਂ ਨੂੰ ਇਹ ਨਹੀਂ ਦੱਸਦੇ ਭਾਈ ਉਹ ਜਿਹੜਾ ਤੇਰੀ ਮੰਮਾ ਆ ਜਾਂ ਪਾਪਾ ਜਿਹੜਾ ਵੀ ਕੰਮ ਕਰਦਾ ਉਹ ਪੈਸੇ ਲੈ ਕੇ ਆਉਂਦਾ, ਦੈਟਸ ਵਾਈ ਵੀ ਆਰ ਇੰਜੋਇੰਗ ਆਲ ਦੀ ਲਗਜ਼ਰੀ। ਇਸੇ ਤਰ੍ਹਾਂ ਹੀ ਮੇਰਾ ਕੇਸ ਆ, ਇਸੇ ਤਰ੍ਹਾਂ ਹੀ ਭਗਵੰਤ ਮਾਨ ਦਾ ਕੇਸ ਆ। ਭਗਵੰਤ ਮਾਨ ਆਈ ਨੋ ਹੀ ਇਜ਼ ਦੀ ਅਰਨਿੰਗ ਮੈਂਬਰ ਆਫ ਦੀ ਫੈਮਿਲੀ, ਪ੍ਰੋਬੇਬਲੀ ਹੋਲ ਇਕਨੋਮੀ ਜਿਹੜੀ ਘਰ ਦੀ ਆ ਇਟ ਰਨਸ ਫਰੋਮ ਹਿਮ, ਫਰੋਮ ਹਿਜ਼ ਇਨਕਮ। ਪਰ ਹੁਣ ਉਹ ਪੂਰਾ ਤੇ ਉਹਨਾਂ ਦੇ ਕੰਟਰੋਲ 'ਚ ਨਹੀਂ ਆ ਕੇ, ਤਾਂ ਫਿਰ ਆਪਦੇ ਉਹ ਤਾਂ ਜਿਹੜੀਆਂ ਨਕਲਾਂ ਆਉਂਦਾ ਲੋਕਾਂ ਦੀਆਂ, ਉਹਦੀ ਵਾਈਫ ਨੂੰ ਪਸੰਦ ਹੋਏਗਾ ਵੀ ਨਕਲਾਂ ਨਾ ਲਾਵੇ ਲੋਕਾਂ ਦੀਆਂ, ਆਹ ਨਕਲ ਆ ਜਿਹੜੀ ਉਹ ਮਾੜੀ ਆ। ਬੱਚਿਆਂ ਦਾ ਜਿਹੜਾ ਹੈਗਾ ਤੁਸੀਂ ਕਰਦੇ ਆ ਬੱਚਿਆਂ ਨੂੰ, ਬੱਚੇ ਦੇ ਆਰ ਮੋਰ ਕਲੋਜ਼ ਟੂ ਦਾ ਸਪਾਊਸ ਜਿਹੜਾ ਘਰੇ ਰਹਿੰਦਾ। ਅਦਰ ਹੈਂਡ ਕੀ ਆ, ਸਟੇਟ ਦਾ, ਸਟੇਟ ਹੈਵ ਵੈਰੀ ਨੈਗੇਟਿਵ ਰੋਲ ਇਨ ਦਾ ਡਿਵੋਰਸਿਸ, ਓਕੇ, ਵੈਰੀ ਨੈਗੇਟਿਵ ਰੋਲ। ਜਿਹੜੇ ਸਟੇਟ ਦੇ ਓਨੈਸਟ ਹੋ ਜਾਏ ਡਿਵੋਰਸਿਸ ਦੇ ਨਾਲ, ਇਹ ਜਿਹੜੇ ਬੱਚੇ ਸਾਡੇ ਕਰਾਹੇ ਜਾਂਦੇ ਆ, ਜਿਹੜੇ ਬੱਚਿਆਂ ਦੀ ਲਾਈਫ ਖਰਾਬ ਹੁੰਦੀ ਆ, ਉਹ ਬੱਚੇ ਜਿਹੜੇ ਆ ਉਹ ਸਟੇਟ ਬਚਾ ਸਕਦੀ ਆ ਬਾਈ ਬੀਇੰਗ ਓਨੈਸਟ ਵਿਦ ਦ ਡਿਵੋਰਸ ਕਪਲਸ। ਆਈ ਹੈਵ ਰੀਪ੍ਰੀਜੈਂਟਡ ਮਾਈ ਸੈਲਫ 5 years ਇਨ ਦਾ ਡਿਵੋਰਸ। ਦੇਅਰ ਵਾਜ ਏ ਕੇਸ, ਦੇਅਰ ਵਨ ਥਿੰਗ ਇਜ਼ ਵੈਰੀ ਇੰਪੋਰਟੈਂਟ ਜਿਹੜੀ ਆ ਉਹਦੇ ਵਿੱਚ, ਸਪਾਊਸਲ ਸਪੋਰਟ ਮੋਡੀਫਿਕੇਸ਼ਨ ਜਿਹੜੀ ਆ। ਜਦੋਂ ਬੰਦਾ, ਇੱਕ ਵੈਰੀ ਕਾਮਨ ਚੀਜ਼ ਆ ਵੀ ਜੇ ਬੰਦਾ ਡਿਵੋਰਸ ਹੁੰਦਾ ਉਹਦਾ ਉਹਨਾਂ ਦੀ ਫੈਮਿਲੀ ਇਕੱਠੀ ਹੁੰਦੀ ਆ, ਜਦੋਂ ਫੈਮਿਲੀ ਇਕੱਠੀ ਹੁੰਦੀ ਆ ਉਹ ਬੰਦਾ ਪੂਰਾ ਦਿਲ ਮਨ ਲਾ ਕੇ ਕੰਮ ਕਰਦਾ, ਉਦੋਂ ਉਹਦੀ ਇਨਕਮ ਹਾਈ ਹੁੰਦੀ ਆ। ਜਿਸ ਸਮੇਂ ਬੱਚੇ ਵਿਛੜ ਜਾਂਦੇ ਉਹਦੇ ਤੋਂ, ਉਹਦਾ ਸਪਾਊਸ ਵਿਛੜ ਜਾਂਦਾ, ਉਹ ਚਾਹੇ ਮੈਨ ਮੇਲ ਹੋਵੇ ਜਾਂ ਫੀਮੇਲ ਹੋਵੇ, ਉਹ ਬੰਦੇ ਨੂੰ ਤੁਸੀਂ ਦੂਜੇ ਸਾਲ ਕਹੋ ਵੀ ਉਹਦੀ ਉਹ ਹੀ ਇਨਕਮ ਹੋਵੇ, ਤਾਂ ਕੋਈ ਮਾਈ ਦਾ ਲਾਲ ਮੈਨੂੰ ਉਹ ਹੀ ਉਹਨਾਂ ਹਾਲਾਤਾਂ 'ਚ ਕੰਮ ਕਰਕੇ ਦੱਸੇ ਵੀ ਹੀ ਕੈਨ ਮੇਕ ਦੈਟ ਮਨੀ। ਓਕੇ, ਦੀ ਜੱਜ ਇਜ਼ ਟੈਲਿੰਗ ਹਿਮ ਰਾਈਟ ਇਨ ਫਰੰਟ ਆਫ ਐਵਰੀਬਾਡੀ, ਯੂ ਪੇ ਦੀ ਸੇਮ ਸਪੋਟ, ਯੂ ਪੇ ਦੀ ਸੇਮ ਸਪੋਟ, ਡੋਂਟ ਯੂ ਅੰਡਰਸਟੈਂਡ? 3 times the judge told that to the guy. Now what that guy will do? He will go out, he will stop paying at all. Then they will put him contempt of court. Then they will take him to the jail. The state will pay for it. The guy will never work because he cannot afford that amount of the modification. For me, for my modification, my attorney charged me probably $200,000. It never happened. But they know I have the property, they can tag it. So this is the fault of the state to make these things worse. If Bhagwant Mann's wife is gone, now she should understand she's away from Bhagwant Mann. She have to live with the less standard of living. She cannot have that standard of living that she had with him when he was working, he was kalakar and he was doing all that. Okay. This thing will go, will suffer. ਰੜਕੂਗੀ ਉਹਨੂੰ, ਪੂਰਾ ਉਮਰ ਰੜਕੂਗੀ, ਔਰ ਇਹਦਾ ਗਰਾਜ ਆ ਉਹ ਪੂਰਾ ਬੱਚਿਆਂ ਦੇ ਕੱਢੂਗੀ, ਬੱਚਿਆਂ ਦੇ ਥਰੂ ਵੀ ਤੁਹਾਡਾ ਬਾਪ ਚੰਗਾ ਨਹੀਂ, ਤੁਹਾਡਾ ਫਲਾਨਾ ਚੰਗਾ ਨਹੀਂ, ਤੁਹਾਡਾ ਫਲਾਨਾ ਚੰਗਾ ਨਹੀਂ। ਇਟ ਕੁਡ ਬੀ ਵਿਦ ਐਨੀ ਐਨੀ ਸਪਾਊਸ, ਇਟ ਕੁਡ ਬੀ ਮੇਲ ਔਰ ਫੀਮੇਲ। ਸੋ ਮੈਨੀ ਥਿੰਗਸ, ਦਿ ਸਟੇਟ ਇਜ਼ ਮੋਸਟ ਰਿਸਪੋਂਸੀਬਲ ਫਾਰ ਮੈਸ ਅਪਸ ਐਂਡ ਦ ਡਿਵੋਰਸਿਸ। ਓਕੇ, ਅੱਛਾ ਸਮਰਾ ਜੀ, ਤੁਸੀਂ ਕਲੋਜ਼ ਕਰ ਲਿਆ, ਇਸ ਤੋਂ ਬਾਅਦ ਵਾਰੀ ਵਾਰੀ ਮੈਂ ਉਹਨਾਂ ਦੇ ਪਹਿਲਾਂ ਚੀਮਾ ਸਾਹਿਬ ਤੋਂ ਪੁੱਛ ਲਵਾਂ। ਇੱਕ ਮਿੰਟ ਦੇ ਬੋਲਤਾ ਸਵਾਲ ਚੀਮਾ ਸਾਹਿਬ ਜੀ। ਹਾਂਜੀ, ਕਰ ਦੇ। ਹਾਂਜੀ, ਮੈਂ ਬਹੁਤਾ ਕਮੈਂਟ ਨਹੀਂ ਕਰਾਂ ਜਿਹਾ, ਬਾਏ ਲਾਰਜ ਠੀਕ ਹੈ, ਜੇ ਸਮਰ ਸਾਹਿਬ ਦੇ ਸਫ਼ਰ ਵੀ ਕੀਤਾ ਜਾਂ ਪਰਸਨਲ ਐਕਸਪੀਰੀਅੰਸ ਸਾਡੇ ਵੀ ਨੇ, ਸਾਰਿਆਂ ਦੇ ਹੁੰਦੇ ਨੇ, ਇਹ ਤਾਂ ਕੁਛ ਸੱਚਾਈਆਂ ਹੈਗੀਆਂ। ਮੈਂ ਸਿਰਫ 2 points ਉਹੀ ਜਿਹੜੇ ਲਏ ਸੀ ਇਹਨਾਂ ਨੇ, ਕਿ ਵੀ ਕਿਵੇਂ ਇਹਨੂੰ ਰਿਡਿਊਸ ਕੀਤਾ ਜਾਵੇ ਡਾਇਵੋਰਸ ਏਰੀਆ ਘੱਟ, ਅਤੇ ਸੈਕੰਡ ਸੀ ਵੀ ਹੈਵ ਟੂ ਲਰਨ ਟੂ ਲਿਵ ਵਿਦ ਇਟ। ਮੇਰੇ ਖਿਆਲ ਪਹਿਲਾ ਪੁਆਇੰਟ 'ਚ ਤਾਂ ਕੋਈ ਉੱਥੇ ਪੋਜ਼ਿਟਿਵ ਸਾਨੂੰ ਨਹੀਂ ਦਿਸਦਾ, ਉਹਦੇ ਵਿੱਚ ਗੁਪਤਾ ਜੀ ਨੇ 2-3 ਰੀਜ਼ਨ ਵੀ ਦੱਸੇ ਸੀ, ਚਾਹੇ ਫਾਈਨੈਂਸ਼ੀਅਲ, ਚਾਹੇ ਲੇਟ ਮੈਰਿਜ,
ਤੇ ਮੇਰਾ ਖਿਆਲ ਲੇਟ ਮੈਰਿਜ ਵੀ ਉਹਦੇ ਪਿੱਛੇ ਵੀ ਫਾਈਨੈਂਸ਼ੀਅਲ ਰੀਜ਼ਨ ਕਿਤੇ ਨਾ ਕਿਤੇ ਹੈ, ਪਰ ਉਹਦੇ ਨਾਲੋਂ ਜ਼ਿਆਦਾ ਇੰਪੋਰਟੈਂਟ ਜਿਹੜਾ ਮੈਂ ਸਮਝਦਾ ਕਿ ਜਿਹੜਾ ਜ਼ਿਆਦਾ ਫੈਕਟਰ ਹੋ ਰਿਹਾ ਦੈਟ ਇਜ਼ ਲੈਕ ਆਫ ਟੋਲਰੈਂਸ। ਉਹਦੇ ਚ ਫਾਈਨੈਂਸ਼ੀਅਲ ਸਿਚੁਏਸ਼ਨ ਸਭ ਕੁਝ ਵਿਦਾਊਟ ਐਨੀ ਰੀਜ਼ਨ ਟੋਲਰ, ਦੂਜੇ ਦੀ ਗੱਲ ਹੀ ਸੁਣਨੀ ਸਾਨੂੰ ਬਰਦਾਸ਼ਤ ਨਹੀਂ, ਪਸੰਦ ਨਹੀਂ ਹੈਗੀ, ਉਹ ਛੋਟੇ ਜਿਵੇਂ ਕਹਿੰਦੇ ਵਿਦਾਊਟ ਐਨੀ ਕਾਜ਼ ਅਸੀਂ ਕਾਜ਼ ਕ੍ਰੀਏਟ ਕਰ ਦਿੰਦੇ ਹਾਂ, ਉਹ ਚੀਜ਼ਾਂ ਜ਼ਿਆਦਾ ਹੁੰਦੀਆਂ ਤੇ ਬਸ ਟੋਲਰੈਂਟ ਨਹੀਂ ਹੈ ਦੂਜਾ। ਉਹਨੇ ਮੈਨੂੰ ਕਿਵੇਂ ਕਹਿਤਾ ਇੱਦਾਂ, ਆਪਣੇ ਆਪ ਚ ਹਰ ਇੱਕ ਨੂੰ ਸਿਆਣਾ ਸਮਝਣ ਵਾਲੀ ਜਿਹੜੀ ਗੱਲ ਹੈ, ਇਹ ਚੀਜ਼ਾਂ ਜਿਹੜੀ ਮੈਟਰ ਹੈ। ਹੁਣ ਆਪਾਂ ਤੁਸੀਂ ਦੂਜੇ ਟੋਪਿਕ ਜਿਵੇਂ ਐਜੂਕੇਸ਼ਨ ਹੈ ਜੀ ਵਧੀਆ, ਉਹ ਇੱਥੇ ਅਸੀਂ ਐਜੂਕੇਸ਼ਨ ਜਾਂ ਅਵੇਅਰਨੈਸ ਜਿਹੜੀ ਗੱਲ ਕਰਦੇ ਹਾਂ ਉਸ ਨੈਗੇਟਿਵ ਪਾਸੇ ਲੈ ਕੇ ਜਾ ਰਹੇ ਹਾਂ, ਵੀ ਸਾਨੂੰ ਨੈਗੇਟਿਵ ਚੀਜ਼ਾਂ ਵੱਲ ਜ਼ਿਆਦਾ ਅਟਰੈਕਟ ਕਰਦੀ ਹੈ, ਵੀ ਅਸੀਂ ਸਾਡੇ ਆਹ ਰਾਈਟ ਨੇ, ਅਸੀਂ ਆਹ ਵੀ ਕਰ ਸਕਦੇ ਆਹ ਵੀ ਕਰ ਸਕਦੇ ਹਾਂ, ਸੋ ਉਹ ਚੀਜ਼ਾਂ ਤੁਹਾਨੂੰ ਜੀਉਣ ਨਹੀਂ ਦਿੰਦੀਆਂ ਹੈਗੀਆਂ। ਸੋ ਇਹਦਾ ਬੈਸਟ ਸੋਲੂਸ਼ਨ ਤੇ ਇਹੀ ਹੈ ਕਿ ਡਾਈਵੋਰਸ ਨੂੰ ਨਾ ਤਾਂ ਸਟੇਟ ਆ, ਠੀਕ ਹੈ ਸਟੇਟ ਜਿਹੜੀ ਹੈ ਉਹ ਰੋਲ ਪਲੇ ਕਰਦੀ ਹੈ, ਉਹ ਕਿਉਂ, ਕਿਉਂਕਿ ਸਾਡੀ ਜਿਹੜੀ ਟ੍ਰੈਡੀਸ਼ਨ ਬਣੀ ਹੈ ਕਿ ਉਹਨੂੰ ਇੱਕ ਚਾਹੇ ਜੋ ਉਹਨਾਂ ਮਰਜ਼ੀ ਰਾਈਟ ਦੇ ਫਿਰ ਵੀਕਰ ਸੈਕਸ਼ਨ ਮੰਨਿਆ ਗਿਆ ਹੈਗਾ ਆ, ਠੀਕ ਹੈ ਵੀਕਰ ਸੈਕਸ ਮੰਨਿਆ ਗਿਆ ਲੇਡੀ ਨੂੰ, ਤੇ ਇਸ ਕਰਕੇ ਉਹ ਸਾਰਾ ਜਿਹੜਾ ਬਾਏ ਐਂਡ ਲਾਰਜ ਲਾ ਉਸ ਪਾਸੇ ਟਿਲਟਡ ਹੈਗਾ ਆ, ਤੇ ਉਹੀ ਜਦੋਂ ਜਜਮੈਂਟ ਆਉਂਦੀ ਹੈ ਉੱਥੇ ਵੀ ਦਿੰਦੇ ਨੇ। ਹੁਣ ਤੁਸੀਂ ਕਿਹਾ ਉਹ ਠੀਕ ਹੈ ਕਿ ਇੱਕ ਵਾਰੀ ਤੁਸੀਂ ਸਪਾਊਸ ਸਪੋਰਟ ਦੇਤੀ, ਉਹ ਐਨੂਅਲੀ ਤੁਸੀਂ ਰਿਵਿਊ ਕਰਵਾ ਸਕਦੇ ਹੋ, ਮੋਡੀਫਾਈ ਕਰਾ ਸਕਦੇ ਹੋ ਔਨ ਦੀ ਬੇਸ ਆਫ ਨੋਟਸ ਆਫ ਅਸੈਸਮੈਂਟ ਕਿ ਸਾਡੀ ਇਨਕਮ ਘੱਟ ਗਈ ਹੈ, ਪਰ ਕਿਉਂਕਿ ਮਾਈਂਡ ਸੈਟ ਉਸ ਪਾਸੇ ਟਿਲਟ ਹੋਇਆ ਹੈ ਇਸ ਪਾਸੇ, ਦੇ ਡੋਂਟ ਲਿਸਨ ਇਟ, ਉਹ ਆਪਣਾ ਅਸਿਊਮ ਕਰਕੇ ਉਸ ਪਾਸੇ ਚੱਲ ਜਾਵੇ। ਆਈ ਐਗਰੀ ਵਿਦ ਇਟ, ਇਹ ਗਲਤ ਚੀਜ਼ ਹੈ। ਸੋ ਬੈਸਟ ਸੋਲੂਸ਼ਨ ਤਾਂ ਇਹਦਾ ਇੱਕੋ ਹੀ ਹੈ ਜੀ, ਜੋ ਤੁਸੀਂ ਇੱਥੇ ਤੱਕ ਨੋਬ ਚੱਲ, ਜਿਵੇਂ ਘਰ ਦੀ ਚੀਜ਼ ਜਦੋਂ ਇੱਕ ਵਾਰੀ ਬਾਹਰ ਨਿਕਲ ਗਈ ਨਾ, ਕਹਿੰਦੇ ਜਿਵੇਂ ਮੂੰਹ ਚੋਂ ਜਿਹੜੀ ਕੋਈ ਗੱਲ ਬਾਹਰ ਨਿਕਲ ਗਈ ਉਹ ਫਿਰ ਵਾਪਸ ਨਹੀਂ ਆਉਣੀ ਹੈਗੀ, ਤੇ ਇਦਾਂ ਹੀ ਘਰੋਂ ਜਿਹੜੀ ਚੀਜ਼ ਬਾਹਰ ਨਿਕਲ ਗਈ ਉਹ ਤਾਂ ਖਲਾਰਾ ਤਾਂ ਪੈਣਾ ਹੀ ਪੈਣਾ, ਚਾਹੇ ਉਹਦੇ ਵਾਸਤੇ ਹਸਬੈਂਡ ਆ ਰਿਸਪੋਂਸਿਬਲ, ਵਾਈਫ ਆ ਜਾਂ ਬੱਚੇ, ਵਾਟ ਐਵਰ ਇਟ ਇਜ਼, ਉਹ ਜਿੰਨੀ ਦੇਰ ਅੰਦਰ ਘੁੱਟੇ ਰੱਖਾਂਗੇ ਠੀਕ ਹੈ, ਜਦੋਂ ਬਾਹਰ ਗਿਆ ਫਿਰ ਸ਼ਰਾਰਤ ਕਿਸੇ ਦੀ ਵੀ ਹੋਵੇ ਉਹ ਸਫ਼ਰ ਸਾਰਿਆਂ ਨੇ ਕਰਨਾ, ਉਹਦੇ ਦੇ ਵਿੱਚ ਸਭ ਤੋਂ ਵੱਧ ਸਫ਼ਰ ਬੱਚੇ ਕਰਦੇ ਆ, ਜਿਵੇਂ ਹੋਈ ਹੈ ਕਿ ਉਹ ਇਮਬੈਲੈਂਸ ਗਰੋਥ ਹੁੰਦੀ ਉਹਨਾਂ ਦੀ, ਉਹ ਚਾਹੇ ਤਾਂ ਉਹ ਬੰਦੂਕਾਂ ਚੱਕ ਲੈਣ ਚਾਹੇ ਹੋਰ ਚੱਕ ਲੈਣ, ਪਰ ਮੈਂ ਉਹੀ ਕਹਿੰਦਾ ਫਿਰ ਵੀ ਉਹਦੇ ਡਿਸਪਾਈਟ ਦਿਸ ਕਿ ਉਹ ਮਦਰ ਦੇ ਨਾਲ ਜ਼ਿਆਦਾ ਬੱਚੇ ਰਹਿੰਦੇ ਆ, ਇਨਫਲੂਐਂਸ ਹੁੰਦਾ, ਐਕਟ ਕਰਦੇ ਆ, ਉਹ ਫਾਦਰ ਦੇ ਅਗੇਂਸਟ ਹੀ ਜਾਂਦੇ, ਫਾਦਰ ਜ਼ਿਆਦਾ ਸਫ਼ਰ ਕਰਦਾ ਮੈਂ ਮੰਨਦਾ, ਪਰ ਸਾਰੇ ਕੁੜੀ ਕਿਤੇ ਫਾਦਰ ਦੀ ਗਲਤੀ ਹੁੰਦੀ ਹੈ, ਪਰ ਫਾਦਰ ਦਾ ਰੋਲ ਫਿਰ ਉਹੀ ਹੈ ਬਾਇਆਂ ਨਾਲ ਵੱਡੇ ਹੋ ਕੇ, ਵੀ ਠੀਕ ਹੈ ਮੈਂ ਨਾ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ, ਜਿੱਥੇ ਕਿਤੇ ਹੈਲਪ ਬੱਚੇ ਦੀ ਹੋ ਸਕਦੀ ਮੈਂ ਕਰੂੰਗਾ, ਪਰ ਧੱਕੇ ਨਾਲ ਨਹੀਂ, ਜੇ ਅਗਲਾ ਮੰਗਦਾ ਨਹੀਂ ਤੁਸੀਂ ਧੱਕੇ ਨਾਲ ਤਾਂ ਕਰ ਨਹੀਂ ਸਕਦੇ। ਸੋ ਇਹ ਰੋਲ ਹਰ ਇੱਕ ਨੂੰ ਆਪਣਾ ਆਪਣਾ ਰੋਲ ਪਲੇ ਕਰਨਾ ਪੈਣਾ, ਜਦੋਂ ਘਰੋਂ ਬਾਹਰ ਹੈ ਥਰਡ ਪਰਸਨ ਜੇ ਤਾਂ ਹੋਈ ਅਗਰ ਸੰਜੀਦਾ ਹੋ ਗਿਆ ਤੁਹਾਡੀ ਹੈਲਪ ਕਰਕੇ ਜੋੜ ਦੂ, ਅਦਰਵਾਈਜ਼ ਤਮਾਸ਼ਾ ਦੇਖਣ ਵਾਲੇ ਸਾਰੇ ਬੈਠੇ ਆ। ਪਰ ਸਿਰਫ ਇੱਕੋ ਲਾਸਟ ਪੁਆਇੰਟ ਕੋਲ ਪੋਲੀਟੀਕਲ ਆ ਜਾਂਦਾ ਕਿਉਂਕਿ ਇਹ ਭਗਵੰਤ ਮਾਨ ਦੀ ਆਉਂਦੀ ਹੈ, ਪਰ ਇਹਨਾਂ ਚੀਜ਼ਾਂ ਕਰਕੇ ਅਸੀਂ ਉਹਨੂੰ ਐਗਜ਼ੈਮਪਟ ਨਹੀਂ ਕਰ ਸਕਦੇ, ਜਦੋਂ ਤੁਸੀਂ ਆਪ ਇਹੋ ਜਿਹੀ ਸੀ ਪਰਸਨਲੇਸ਼ਨ ਠੀਕ ਹੈ, ਪਰ ਜਦੋਂ ਤੁਸੀਂ ਆਪ ਦੂਜਿਆਂ ਨੂੰ ਸਾਰਿਆਂ ਨੂੰ ਛੇੜਦੇ ਹੋ ਜਾ ਕੇ ਤੱਕੇ ਨਾਲ ਬਿਨਾਂ ਮਤਲਬ, ਹੁਣ ਸ਼ੌਰਾ ਸਿੰਘ ਨੇ ਵੀ ਕਿਹਾ ਸੀਗਾ ਕਿ ਸਟੇਟ ਦੀ ਗੱਲ ਨਹੀਂ ਕੋਈ ਕਰਦਾ, ਛੋਟੇ ਛੋਟੇ ਗੱਲਾਂ ਕਰਦੇ ਨੇ, ਪਰ ਸਟੇਟ ਦੀ ਗੱਲ ਉਹੀ ਕਰੂ ਜਿਹੜਾ ਉਸ ਪੋਜੀਸ਼ਨ ਕਮਾਂਡਿੰਗ ਪੋਜੀਸ਼ਨ ਚ, ਕਮਾਂਡਿੰਗ ਪੋਜੀਸ਼ਨ ਚ ਹੋਊ ਜਿਹਦੇ ਕੋਲ ਪਾਵਰ ਹੈ, ਤੇ ਜਦੋਂ ਪਾਵਰ ਵਾਲਾ ਬੰਦਾ ਜਿਹੜਾ ਸਹੀ ਪਾਸੇ ਡਿਕਟੇਟ ਕਰ ਸਕਦਾ, ਉਹੀ ਧਿਆਨ ਡਾਈਵਰਟ ਕਰਨ ਵਾਸਤੇ ਇਹਨਾਂ ਚੀਜ਼ਾਂ ਚ ਜਾਊਗਾ, ਠੀਕ ਹੈ। ਰਿਸਪੈਕਟ ਜੇ ਸੀਐਮ ਦੀ ਰਿਸਪੈਕਟ, ਤਾਂ ਰਿਸਪੈਕਟ ਦੂਜਿਆਂ ਦੀ ਵੀ ਹੁੰਦੀ ਹੈ, ਮਿਨਿਸਟਰ ਸੈਂਟਰ ਹੈ ਉਹਨੂੰ ਵੀ ਜਦੋਂ ਤੁਸੀਂ ਉਹੋ ਜਿਹੇ ਨਾਂ ਲੈ ਕੇ ਬੋਲੋਗੇ, ਗਲਤ ਤਰੀਕੇ ਨਾਲ ਐਡਰੈਸ ਕਰੋਗੇ, ਤਾਂ ਉਹ ਰਿਸਪੈਕਟ ਤਾਂ ਸੇਮ ਚੀਜ਼ ਹੈ। ਸੋ ਜੋ ਤੁਸੀਂ ਦਓਗੇ ਉਹ ਤੁਹਾਡੇ ਤੇ ਵਾਪਸ ਆਉਣਾ ਹੀ ਆਉਣਾ ਹੈ, ਠੀਕ ਹੈ। ਸਿਮਰੋ, ਉਹ ਵੀ ਮਿਨਿਸਟਰ ਨੂੰ ਸਿਮਰੋ ਕਹਿ ਕੇ ਜੇ ਬੋਲਦਾ ਸੀ, ਮੋਦੀ ਵੀ ਬੋਲਦਾ, ਮੈਂ ਭਗਵੰਤ ਮਾਨ ਕੱਲੇ ਦੀ ਕਿ ਸਾਡੇ 'ਚ ਜਿਹੜੀ ਹੈਂਕੜ ਆ ਗਈ ਹੈ, ਹੰਕਾਰ ਆ ਗਿਆ ਸਾਰੇ ਲੀਡਰਾਂ 'ਚ, ਜਿਹੜਾ ਪਾਵਰ 'ਚ ਉਹ ਸਮਝਦਾ ਦੂਜਾ ਤਾਂ ਬੇਕਾਰ ਹੈ, ਮੈਂ ਉਹਨੂੰ ਕੁਛ ਨਹੀਂ ਸਮਝਦਾ, ਕਿਕਲੀਆਂ ਵੀ ਪਾਈਆਂ ਸੀ ਨਾ ਸਾਰੇ। ਸਰ ਇਕੱਲਾ ਰਿਸਪੋਂਸੀਬਲ ਨਹੀਂ, ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਡੋਮੀਨੇਟਿੰਗ ਪੋਜੀਸ਼ਨ 'ਚ ਹੋ, ਡਿਕਟੇਟ ਕਰਨ ਵਾਲੀ ਪੋਜੀਸ਼ਨ 'ਚ ਹੋਵੇ, ਜੇ ਤੁਸੀਂ ਗਲਤ ਪ੍ਰੈਸੀਡੈਂਟ ਸੈੱਟ ਕਰੋਗੇ ਤਾਂ ਯੂ ਵਿਲ ਸਫਰ ਬਾਈ ਦੈਟ, ਉਹ ਤੁਹਾਡੇ ਤੋਂ ਵਾਪਸ ਆਓਗੇ। ਥੈਂਕ ਯੂ ਜੀ। ਹਾਂ ਗੁਪਤਾ ਸਾਹਿਬ ਜੀ, ਗੁਪਤਾ ਜੀ ਦੇਖੋ, ਮੈਂ ਸਮਝਦਾ ਕਿ ਇਸ਼ਾਰਾ ਸੀ ਵਿੱਚ ਬਾਅਦ ਜਿਹੜਾ, ਕਿਉਂਕਿ ਜਿਹੜੇ ਬੰਦੇ ਪਾਵਰਾਂ 'ਚ ਹੈਗੇ ਉਹਨਾਂ 'ਚ ਨਾ ਕੋਈ ਇੱਕ ਆਈਡੀਅਲ ਨਹੀਂ ਹੈ ਸਿਚੁਏਸ਼ਨ ਆਈਡੀਅਲ, ਕਿਉਂਕਿ ਦੇਖੋ ਇਹ ਜਿਹੜੀ ਚੀਜ਼ਾਂ ਹੁੰਦੀਆਂ ਨਾ, ਸਟੇਟਸਮੈਨ ਨਹੀਂ ਹੈ ਬੰਦੇ, ਸਟੇਟਸਮੈਨ ਉਹ ਹੁੰਦਾ ਵੀ ਜਿਹੜਾ ਆਪਣੇ ਮੂੰਹ ਤੋਂ ਵਜਨ ਨਾਲ ਤੋਲ ਕੇ ਹਰ ਸ਼ਬਦ ਬੋਲਦਾ। ਇਹ ਬੜੀ ਇੰਪੋਰਟੈਂਟ ਗੱਲ ਹੈ, ਮੋਰਲ ਡੀਜਨਰੇਸ਼ਨ ਹੋਈ ਹੈ USA 'ਚ ਵੀ ਹੋਈ ਹੈ, ਦੇਖੋ ਕਲਿੰਟਨ ਦਾ ਕੇਸ ਲਾ ਲਓ, ਇੰਪੀਚਮੈਂਟ ਹੋਈ। ਵੀ ਆਰ ਪਾਸਿੰਗ ਇਨ ਏ ਮੋਰਲ ਡੀਜਨਰੇਸ਼ਨ ਸਾਰੀ ਹੋਈ ਹੈ, ਜੋ ਉਹਦਾ ਇਫੈਕਟ ਫੈਮਲੀਆਂ 'ਚ ਵੀ ਪੈਂਦਾ, ਇੰਡੀਵਿਜੁਅਲਸ ਵੀ ਪੈਂਦਾ। ਪਿਸ਼ੌਰਾ ਸਿੰਘ ਜੀ,
ਜ਼ਰੂਰੀ ਨਹੀਂ ਕਿ ਬਿਜ਼ਨਸਮੈਨਾਂ ਦੇ ਡਿਵੋਰਸ ਹੁੰਦੇ ਆ, ਦੈਟਸ ਫਾਈਨ ਓਕੇ, ਤਾਂ ਕੌਮ ਨੇ ਵੈਸੇ ਵੀ ਦੋਨੇ ਵਰਕਿੰਗ ਕਲਾਸ ਦੋਨੇ ਅੱਜ ਕੱਲ੍ਹ ਕੰਮ ਵੀ ਕਰਦੇ ਨੇ, ਕੁੜੀਆਂ ਬੰਦੇ ਦੋਨੇ ਕਰਦੇ ਨੇ, ਡਿਵੋਰਸ ਤਾਂ ਉਹਨਾਂ ਦੀ ਦਬਾ ਦਬ ਹੋ ਰਹੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈ। ਜਿਹੜੀ ਸਮਰਾ ਸਾਹਿਬ ਨੇ ਗੱਲ ਕੀਤੀ ਉਹ ਡਿਫਰੈਂਟ ਸਿਚੁਏਸ਼ਨ ਹੈਗੀ ਆ ਕਿ ਲੇਡੀਜ਼ ਹੈਵ ਟੂ ਸਪੋਰਟ ਇਟ, ਕਿਉਂ ਜਦੋਂ ਬੰਦੇ ਤੇ ਪ੍ਰੈਸ਼ਰ ਪਿਆ ਨਾ ਕੰਮ ਦਾ 24 ਘੰਟੇ, ਦੇ ਹੈਵ ਟੂ ਸਪੋਰਟ ਇਟ, ਕਿਉਂਕਿ ਬੰਦਾ ਇਕੱਲਾ ਕੰਮ ਕਰਦਾ, ਲੇਡੀ ਦੀ ਨਹੀਂ ਕਰਦੀ, ਬੱਚੇ ਸਾਂਭਦੀ ਆ ਕਈ ਦਫਾ। ਹੁਣ ਪ੍ਰੋਬਲਮ ਇੱਕ ਹੈਗੀ ਆ, ਤੁਸੀਂ ਥੋੜਾ ਜਿਹਾ ਆਪਾਂ ਇਹਨੂੰ ਕੋਸ਼ ਇਹ ਕਰੀਏ ਕਿ ਇੰਡੀਆ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਚੀਜ਼ਾਂ ਹੈਗੀਆਂ ਨੇ, ਇੱਥੇ ਦੇ ਡਿਫਰੈਂਟ ਨੇ, ਆਪਾਂ ਜਿਹੜੇ ਲੋਕ ਆਏ ਆ ਸਾਨੂੰ ਵੀ ਚੇਂਜ ਹੋਣਾ ਪਏਗਾ, ਜਿਵੇਂ ਚੀਮਾ ਸਾਹਿਬ ਨੇ ਕਿਹਾ ਵੀ ਹੈਵ ਟੂ ਲਰਨ ਇਟ, ਈਵਨ ਸਮਰਾ ਸਾਹਿਬ ਨੇ, ਇਹਨੂੰ ਥੋੜਾ ਜਿਹਾ ਤੁਸੀਂ ਐਕਸਪਲੋਰ ਕਰ ਦਿਓ ਕਿ ਕਿਸ ਤਰੀਕੇ ਨਾਲ ਘੱਟ ਸਕਦੀ ਆ ਚੀਜ਼, ਇਹ ਚੱਲਣੀ ਤਾਂ ਹੈਗੀ ਆ, ਡਿਵੋਰਸ ਤਾਂ ਚੱਲਣੇ ਆ, ਕਿਸ ਤਰੀਕੇ ਨਾਲ ਅਸੀਂ ਹੁਣ ਕੁੜੀ ਆਏ ਵਿਚਾਰੀ ਇਹ ਸੁਖੀ ਨਹੀਂ ਹੋਣੀ, ਉਹਨੂੰ ਸਮਾਂ ਤੇ ਜੇ ਮਾਂ ਨੇ ਵੀ ਕਰਾਇਆ ਹੋਵੇ ਜਾਂ ਲੋਕਾਂ ਨੇ ਵੀ ਕਰਾਇਆ ਹੋਵੇ ਜਾਂ ਕਿਸੇ ਦੋਸਤਾਂ ਨੇ ਵੀ ਕਰਾਇਆ ਹੋਵੇ, ਉਹ ਡਿਫਿਕਲਟ ਟਾਈਮ 'ਚ ਹੋਰ ਪੈ ਜਾਏਗੀ ਸਾਈਕੋਲੋਜੀਕਲੀ ਬਹੁਤ, ਇਹ ਕੋਈ ਈਜ਼ੀ ਨਹੀਂ ਹੈ, ਸਮਾਂ ਤੇ ਨਾ ਛੇੜਦੀ ਉਹ ਬੱਚਾ ਬੇਟਾ ਬਿਲਕੁਲ ਨਹੀਂ ਕਰਨਾ, ਕੋਈ ਵੀ ਕਰਨਾ ਉਹਨੂੰ ਸਟੌਪ ਕਰ ਦੇ ਤਾਂ ਬੈਟਰ ਦੇ ਆਰ ਲਾਈਫ, ਠੀਕ ਆ, ਫਿਰ ਵੀ ਪਿਓ ਪਿਓ ਗਿਆ ਨੇ, ਫਿਰ ਵੀ ਉਹ ਤਾਂ ਕਰਨਾ ਹੀ ਕਰਨਾ ਹੈਗਾ, ਇਹੋ ਜਿਹੀ ਗੱਲ ਨਹੀਂ ਹੈ। ਓਕੇ ਜੀ, ਪਛਾਰੋ ਸਿੰਘ ਜੀ, ਚਲੋ ਸਰ, ਆਈ ਥਿੰਕ ਅਰਨਿੰਗ ਹੈਂਡ ਜਿਹੜਾ ਜਿਸ ਤਰ੍ਹਾਂ ਸਮਰਾ ਸਾਹਿਬ ਨੇ ਆਖਿਆ ਤੇ ਗੁਪਤਾ ਸਾਹਿਬ ਨੇ ਵੀ ਆਖਿਆ ਵੀ ਜਿਹੜੀ ਵਾਈਸ ਹਾਊਸ ਵਾਈਫ ਆ ਉਹਦਾ ਬੜਾ ਕੰਮ ਆ, ਬੜਾ ਜਿਹੜਾ ਹੈ ਨਾ ਉਹ ਇਨਵਿਜ਼ਿਬਲ ਕੰਮ ਹੈਗਾ, ਨੋ ਡਾਊਟ, ਇਹਨਾਂ ਦੋਵਾਂ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ, ਦੋਵਾਂ ਦਾ ਹੀ ਬੜਾ ਕੰਮ, ਇਹ ਨਹੀਂ ਕਿ ਜੇ ਉਹਦਾ ਘਰ ਦੇ ਵਿੱਚ ਸਾਰਾ ਕੁਕਿੰਗ ਕਲੀਨਿੰਗ ਤੇ ਸਾਰਾ ਕੁਝ ਕਰਦੀ ਹੈ, ਬੱਚਿਆਂ ਨੂੰ ਸੰਭਾਲਦੀ ਆ ਤੇ ਜਿਹੜਾ ਅਰਨਿੰਗ ਪਾਰਟਨਰ ਹੈ ਉਹਦੀਆਂ ਸਮੱਸਿਆਵਾਂ ਘੱਟ ਨੇ, ਉਹ ਸਮਰਾ ਸਾਹਿਬ ਨੇ ਬੜੀ ਚੰਗੀ ਤਰ੍ਹਾਂ ਦੱਸੀਆਂ ਨੇ, ਤੇ ਜਿਹੜਾ ਵੀ ਅਰਨਿੰਗ ਹੈਂਡ ਹੈ ਜੇ ਉਹ ਪਰਿਵਾਰ ਨੂੰ ਉਹਨਾਂ ਟਾਈਮ ਨਹੀਂ ਦੇ ਸਕਦਾ ਜਿੰਨਾ ਦੇਣਾ ਚਾਹੀਦਾ, ਤੇ ਫਿਰ ਦੂਸਰੇ ਪਾਰਟਨਰ ਨੂੰ ਬੱਚਿਆਂ ਨੂੰ ਇਹ ਅੰਡਰਸਟੈਂਡ ਕਰਨਾ ਚਾਹੀਦਾ, ਤੇ ਆਮ ਤੌਰ ਤੇ ਉਹ ਕਰ ਜਾਂਦੇ। ਪਰ ਕਮਿੰਗ ਬੈਕ ਟੂ ਦਾ ਇਸ਼ੂ ਜਿੱਦੋਂ ਪਿੱਛੋਂ ਦਾ ਚੱਲਦੇ ਪਏ, ਇਹਦਾ ਸੋਲੂਸ਼ਨ ਕੀ ਹੋਵੇ? ਮੈਂ ਸਮਝਦਾ ਵੀ ਗੱਲ ਹੁਣ ਜਿੱਥੇ ਖਲੋਤੀ ਹੈ ਨਾ, ਜਿਹੜੀ ਬਹਿਸ ਚੱਲ ਰਹੀ ਆ ਉੱਥੇ, ਜਿਹੜੀ ਸਾਨੂੰ ਪੰਜਾਬ ਦੇ ਇਸ਼ੂਜ਼ ਨੂੰ ਜਿਹੜੀ ਡਾਊਨ ਦਾ ਡਰੇਨ ਕਰ ਰਹੀ ਆ, ਉਹਨੂੰ ਸਟਾਪ ਕਿਵੇਂ ਕੀਤਾ ਜਾਵੇ? ਹਾਂ ਉਹਦਾ ਸੋਲੂਸ਼ਨ ਮੈਂ ਇਹ ਸਮਝਦਾ ਹਾਂ ਕਿ ਉਹਦਾ ਸੋਲੂਸ਼ਨ ਨਾ ਤੇ ਚੀਫ ਮਿਨਿਸਟਰ ਸਾਹਿਬ ਕੋਲ ਆ ਤੇ ਨਾ ਮਜੀਠੀਆ ਸਾਹਿਬ ਕੋਲ ਆ, ਉਹਦਾ ਸੋਲੂਸ਼ਨ ਜਿਹੜਾ ਉਹ ਲੋਕਾਂ ਕੋਲ ਆ। ਜਿਸ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਵਾਇਰਲ ਹੋ ਰਹੀਆਂ ਤੇ ਲੋਕੀ ਚਿਟਕਾਰੇ ਲੈ ਕੇ ਸਵਾਦ ਲੈ ਰਹੇ ਆ, ਤੇ ਕੋਈ ਚਾਹੀਦਾ, ਮੈਂ ਸਮਝਦਾ ਵੀ ਕੋਈ ਕੋਈ ਜਿਹੜਾ ਨਾ ਉਹ ਦਾਰਸ਼ਨਿਕ ਆਵੇ ਅੱਗੇ, ਕੋਈ ਸਿਆਣਾ ਬੰਦਾ ਆਵੇ, ਕੋਈ ਰਿਸਪੈਕਟੇਬਲ ਸੰਸਥਾ ਅੱਗੇ ਆਵੇ, ਤੇ ਉਹ ਇਹੋ ਜਿਹੀ ਕੋਈ 5, 6, 7, 10 ਮਿੰਟ ਦੀ ਵੀਡੀਓ ਬਣਾਵੇ ਜਿਹੜੀ ਇੰਨੀ ਵਾਇਰਲ ਹੋਵੇ, ਉਹਨੂੰ ਵੀ ਲੋਕ ਜਿਹੜੇ ਕੰਸਰਨਡ ਨੇ, ਜਿਹਨੇ ਜਿਸ ਤਰ੍ਹਾਂ ਆਪਾਂ ਗੱਲਾਂ ਕਰ ਰਹੇ ਹਾਂ ਕਿ ਇਸ ਸੁਸਾਇਟੀ ਨੂੰ ਜਿਹੜਾ ਇੱਥੇ ਸਟੀਅਰਿੰਗ ਦੇ ਮਪਾਰ, ਇਹ ਬੱਚਿਆਂ ਨੂੰ ਜਿਹੜਾ ਉਹ ਸਾਰੀ ਉਮਰ ਲਈ ਜਿਹੜਾ ਮਸ਼ੀਨਰੀ ਡੈਮੇਜ ਕਰਦੀ ਹੈ। ਇਫ ਯੂ ਰੀਲੀ ਵਾਂਟ ਟੂ ਸਟਾਪ ਇਟ, ਦੈਨ ਸਮਬਡੀ ਸ਼ੁਡ ਕਮ ਐਂਡ ਟੈਲ ਦੀਸ ਬੋਥ ਦੀਸ ਪੀਪਲ ਟੂ ਸਟਾਪ ਇਟ ਹੇਅਰ ਨਾਓ, ਐਂਡ ਯੂ ਨੋ ਗੋ ਬੈਕ ਟੂ ਯੋਰ ਡਰਾਇੰਗ ਬੋਰਡ ਐਂਡ ਸਟਾਰਟ ਟਾਕਿੰਗ ਅਬਾਊਟ ਦੀ ਇਸ਼ੂਜ਼ ਆਫ ਪੰਜਾਬ। ਇਹ ਗੱਲ ਇੱਥੇ ਖਤਮ ਹੋ ਜਾਣੀ ਚਾਹੀਦੀ ਆ, ਔਰ ਉਹ ਜਿਹੜੀ ਉਹ ਬਣਾਉਣ ਕੋਈ ਵੀਡੀਓ ਬਣੇ, ਉਹ ਵਾਇਰਲ ਹੋਵੇ, ਉਹਨੂੰ ਸਾਡੇ ਤੁਹਾਡੇ ਵਰਗੇ ਬੰਦੇ ਜਿਹੜੇ ਨੇ ਉਹਨੂੰ ਸ਼ੇਅਰ ਕਰਨ, ਗਾਨ ਕਰਾਉਣ। That is the only way to stop these two people, and that is the only way to come back to the drawing board and start working on the issues which really are pulling Punjab down. Thank you. ਸਮਰਾ ਸਾਹਿਬ ਕਲੋਜ਼ ਕਰ ਦਿਓ 1 ਮਿੰਟ ਦੇ ਵਿੱਚ, ਜ਼ਿਆਦਾ ਨਹੀਂ ਟਾਈਮ, ਆਪਾਂ ਲੰਬਾ ਨਹੀਂ ਲੱਗਣਾ ਕਿਉਂਕਿ ਫਿਰ ਜ਼ਿਆਦਾ ਵੀਡੀਓ, ਫਿਰ ਵੀ ਇਹ ਚੱਲਦਾ ਰਹੂ, ਆਪਣੇ ਪ੍ਰੋਗਰਾਮ ਚੱਲਦੇ ਰਹਿਣੇ ਆ ਫਿਰ ਵੀ। ਇਹ ਡਿਵੋਰਸ ਦੇ ਵਿੱਚ ਜਿਹੜਾ ਜ਼ਿਆਦਾ ਡਿਵੋਰਸ ਆਫਟਰ ਡਿਵੋਰਸ ਜਿਹੜਾ ਡੈਮੇਜ ਆ ਉਹਨੂੰ ਘੱਟ ਕਰਨ ਲਈ, ਇੱਕ ਤਾਂ ਜਿੱਦਾਂ ਪਿਛਾੜਾ ਸਾਹਿਬ ਉਹਨਾਂ ਨੇ ਕਿਹਾ ਵੀ, ਮੈਂ ਇਹ ਕਹੂੰਗਾ ਵੀ ਉਹ ਵੀਡੀਓ ਇਦਾਂ ਦੀ ਹੋਵੇ ਜਿਹੜੀ ਆਫਟਰ ਡਿਵੋਰਸ ਜਿਹੜੇ ਉਹਦੇ ਕਨਸੀਕੁਐਂਸਿਸ ਆ ਇਹ ਉਹ ਉਹਨਾਂ ਨੂੰ ਪਤਾ ਲੱਗ ਜਾਏ ਲੋਕਾਂ ਨੂੰ, ਤੇ ਉਹਦੇ ਨਾਲ ਥੋੜਾ ਵੀ ਬੰਦਾ ਕਹਿੰਦਾ ਉਹ ਕੰਮ ਕਰਨ ਤੋਂ ਪਹਿਲਾਂ ਕਈ ਵਾਰੀ ਸੋਚੂਗਾ ਵੀ ਤੁਸੀਂ ਜੋ ਮਰਜ਼ੀ ਹੋਵੋ, ਜੋ ਬੱਚਿਆਂ ਦਾ ਬੱਚਿਆਂ ਨੂੰ ਤੁਸੀਂ, ਹਰ ਬੰਦਾ ਮਾਂ ਵੀ ਕਹਿੰਦੀ ਮੈਂ ਬੱਚੇ ਦੀ ਕੇਅਰ ਕਰਦਾ, ਪਿਓ ਵੀ ਕਹਿੰਦਾ ਮੈਂ ਬੱਚੇ ਦੀ ਕੇਅਰ ਕਰਦਾ, ਫਿਰ ਜੇ ਬੱਚੇ ਦੀ ਕੇਅਰ ਕਰਦੇ ਆ ਤੁਸੀਂ ਥੋੜਾ ਬਹੁਤਾ ਸੈਕਰੀਫਾਈਸ ਕਰਕੇ ਜੇ ਇਹਨਾਂ ਨੂੰ ਪੁੱਲ ਕਰ ਲਓ, ਤੁਸੀਂ ਬੱਚਿਆਂ ਨੂੰ ਐਟਲੀਸਟ ਇੱਥੋਂ ਤੇ ਲੈ ਜਾਓ, ਉਹਨਾਂ ਦਾ ਐਜੂਕੇਸ਼ਨ ਜਿੰਨੀ ਉਹਨਾਂ ਨੇ ਕਰਨੀ ਆ ਉਹ ਕਿਸੇ ਤਰ੍ਹਾਂ ਪੂਰੀ ਕਰਾ ਦਿਓ ਉਹਨਾਂ ਦੀ, ਉਦੋਂ ਬਾਅਦ ਚ ਦੇ ਆਰ ਏਬਲ ਟੂ ਅੰਡਰਸਟੈਂਡ, ਦੈਨ ਯੂ ਕੈਨ ਲਿਵ ਸੈਪਰੇਟਲੀ ਔਰ ਜੋ ਵੀ ਕਰਨਾ, ਜੇ ਉਸ ਸੈਕਰੀਫਾਈਸ ਦੇ ਨਾਲ ਜਾਂ ਬੰਦੇ ਨੂੰ ਪਹਿਲਾਂ ਹੀ ਪਤਾ ਹੋਵੇ ਵੀ ਇਹ ਬੱਚੇ ਕੱਲ੍ਹ ਨੂੰ ਵੱਡੇ ਹੋਣੇ ਆ, ਇਹ ਹਾਲੇ ਛੋਟੇ ਆ, ਅਸੀਂ ਸੈਪਰੇਟ ਹੋ ਜਾਵਾਂਗੇ, ਜੇ ਤਾਂ ਲੇਡੀ ਨੇ ਵਿਆਹ ਕਰਵਾ ਲਿਆ ਤਾਂ ਤਦ ਵੀ ਉਹ ਸਟੈਪ ਫਾਦਰ ਨੇ ਫਾਦਰ ਨਹੀਂ ਬਣ ਜਾਣਾ, ਜੇ ਪਿਓ ਨੇ ਵਿਆਹ ਕਰਵਾ ਲਿਆ ਤਦ ਵੀ ਸਟੈਪ ਮਦਰ ਨੇ ਮਦਰ ਨਹੀਂ ਬਣ ਜਾਣਾ, ਬਟ ਜਿਹੜੇ ਬੱਚੇ ਤੁਸੀਂ ਦੁਨੀਆ 'ਤੇ ਲਿਆਂਦੇ ਆ ਉਹਨਾਂ ਦਾ ਫਿਊਚਰ ਤੁਸੀਂ ਕਿੱਦਾਂ ਡਿਜ਼ਾਇਨ ਕਰੋਗੇ ਉਹਦੇ 'ਤੇ ਸਾਰਾ ਵਰਕ ਕਰਨ ਦੀ ਲੋੜ ਆ, ਉਹਦੇ ਨਾਲ ਸ਼ਾਇਦ ਜੇ ਪ੍ਰੀ ਨੌਲੇਜ ਹੋਵੇ ਬੰਦਿਆਂ ਨੂੰ ਥੋੜ੍ਹੀ ਜਿਹੀ ਵੀ ਫਲਾਣੇ ਦਾ ਵੀ ਇੱਦਾਂ ਹੋਇਆ ਸੀ, ਉਹਦੇ ਬੱਚੇ ਇੱਦਾਂ ਹੋ ਗਿਆ ਸੀ, ਉਹਦਾ ਵੀ ਇੱਦਾਂ ਹੋਇਆ ਸੀ, ਉਹਦੇ ਬੱਚੇ ਇੱਦਾਂ ਹੋ ਗਿਆ ਸੀ, ਦੇ ਕੈਨ ਕੰਟਰੋਲ। ਹਾਂ ਕਈ ਚੀਜ਼ਾਂ ਹੈਗੀਆਂ ਵੀ ਜਿੱਥੇ ਨਹੀਂ ਵਰਕੇਬਲ ਚੀਜ਼ ਹੈਗੀ ਕੋਈ,
ਪਰ ਉਹਨਾਂ ਦਾ ਸ਼ੁਡ ਬੀ ਡਿਫਰੈਂਟ। ਪਰ ਕਾਫੀ ਚੀਜ਼ਾਂ ਹੈਗੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਤੋਂ ਐਡੀ ਵੱਡੀ ਗੱਲ ਬਣ ਜਾਂਦੀ ਆ। ਪਰ ਬੱਚੇ ਆਲਰੇਡੀ ਐਗਜਿਸਟ ਇਨ ਬਿਟਵੀਨ, ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ? ਉਹਨਾਂ ਲਈ ਕੋਈ ਕਿੱਦਾਂ ਦਾ ਕੋਈ ਤਰੀਕਾ ਕੱਢਿਆ ਜਾਵੇ ਵੀ ਜਿਹਦੇ ਤੇ ਉਹ ਬੱਚਿਆਂ ਨੂੰ ਉਹਨਾਂ ਦੋਹਾਂ ਦੀ ਇੰਨੀ ਲੋਡ ਨਾ ਪਵੇ ਜਾਂ ਉਹਨਾਂ ਦੀ ਇੰਟਰੈਕਸ਼ਨ ਨਾ ਹੋਵੇ ਵੀ ਉਹ ਦੋਹਾਂ ਪਾਸਿਆਂ ਤੋਂ ਹੀ ਉਹ ਨੈਗੇਟਿਵ ਚੀਜ਼ਾਂ ਸੁਣਨ ਤੇ ਉਹ ਹਮੇਸ਼ਾ ਨੈਗੇਟਿਵਿਟੀ 'ਚ ਹੀ ਪਲ ਕੇ ਤਾਂ ਦੇ ਬਿਕਮ ਨੈਗੇਟਿਵ ਪੀਪਲ ਇਨ ਦਾ ਸੋਸਾਇਟੀ ਐਂਡ ਫਿਊਚਰ। ਸੋ ਉਹਦੇ 'ਤੇ ਵਰਕ ਕਰਨ ਦੀ ਲੋੜ ਆ ਜ਼ਿਆਦਾ ਕਿ ਜੇ ਇਹਨਾਂ ਨੂੰ ਕਾਨਸੀਕੁਐਂਸਿਸ ਵਗੈਰਾ ਸਮਝਾ ਦਿੱਤੇ ਜਾਣ ਵੀ ਹੋ ਜਾਓ ਕੋਈ ਗੱਲ ਨਹੀਂ। ਇੱਥੇ ਕੀ ਆ, ਸਭ ਤੋਂ ਵੱਡੀ ਚੀਜ਼ ਆ ਜਿੱਦਾਂ ਉਹ ਮੋਡੀਫਿਕੇਸ਼ਨ ਦਾ ਹੀ ਆ। ਜੇ ਕਿਸੇ ਲੇਡੀ ਨੂੰ ਮੇਰੇ ਘਰ ਵਾਲੀ ਨੇ ਕੰਮ ਨਹੀਂ ਕੀਤਾ, ਹੁਣ ਕੋਰਟ ਨੇ ਕਹਿ ਦਿੱਤਾ ਮਤਲਬ ਕਿ ਬਾਈ ਲਾ ਯੂ ਹੈਵ ਟੂ ਸਪੋਰਟ ਹਰ ਫਾਰ ਰੈਸਟ ਆਫ ਹਰ ਲਾਈਫ, ਵਾਈ ਸ਼ੀ ਵਾਂਟ ਡਿਵੋਰਸ? ਅਗਰ ਲਾ ਇਦਾਂ ਦਾ ਹੋਵੇ ਜੇ ਕਹਿੰਦਾ ਵੀ ਨੋ ਮੈਟਰ ਵਟ ਵੈਨ ਯੂਅਰ ਵਾਈਫ ਯੂ ਆਰ ਕਲੀਨਿੰਗ ਹਿਜ਼ ਯੂਅਰ ਹਸਬੈਂਡ ਕਲੋਥ, ਯੂ ਆਰ ਕੁਕਿੰਗ, ਯੂ ਆਰ ਡੂਇੰਗ ਆਲ ਦੈਟ, ਵਟ ਐਵਰ ਯੂ ਆਰ ਗੈਟਿੰਗ ਫਾਰ ਦੈਟ ਸਟੈਂਡਰਡ ਆਫ ਲਿਵਿੰਗ ਦੈਟ ਵਾਜ਼ ਪਾਰਟ ਆਫ ਦੀ ਪੇ, ਨਾਓ ਯੂ ਆਰ ਨਾਟ ਡੂਇੰਗ ਐਨੀਥਿੰਗ ਲਾਈਕ ਦੈਟ, ਦਿਸ ਵਿਲ ਬੀ ਯੂਅਰ ਪੇ ਐਂਡ ਯੂ ਵਿਲ ਲਿਵ ਲੈਸ ਸਟੈਂਡਰਡ ਦੈਨ ਦੈਟ। ਤੇ ਫਿਰ ਉਹ ਬੰਦੇ ਜਿਹੜੇ ਆ ਉਹ ਸੋਚਣਗੇ ਸਮਝਣਗੇ 100 ਵਾਰੀ ਵੀ ਜੇ ਮੈਂ ਇਸ ਬੰਦੇ ਨੂੰ ਕਮਾਈ ਕਰਨ ਵਾਲੇ ਬੰਦੇ ਨੂੰ ਡਿਵੋਰਸ ਕਰ ਲਿਆ ਤੇ ਮੇਰਾ ਕੱਲ੍ਹ ਨੂੰ ਸਟੈਂਡਰਡ ਆਫ ਲਿਵਿੰਗ ਉਹ ਨਹੀਂ ਰਹਿਣਾ। ਪਰ ਇੱਥੇ ਲਾਇਆ ਵੀ ਯੂ ਹੈਵ ਟੂ, ਤੁਸੀਂ ਮਰ ਜਾਓ ਤੁਸੀਂ ਬੈਂਕਰਪਸੀ ਫਾਈਲ ਕਰ ਦਿਓ, ਉਦੋਂ ਬਾਅਦ ਉਹ ਵੀ ਬੈਂਕਰਪਸੀ ਫਾਈਲ ਕਰਦੇ, ਬੱਚਿਆਂ ਦਾ ਵੀ ਕੋਈ ਵਾਲੀ ਵਾਸ ਨਾ ਹੋਵੇ, ਬਟ ਲਾ ਇਜ਼ ਦੈਟ ਯੂ ਹੈਵ ਟੂ ਮੇਨਟੇਨ ਦੈਟ ਸਟੈਂਡਰਡ ਆਫ ਲਿਵਿੰਗ, ਦਿਸ ਇਜ਼ ਦੀ ਲਾ ਇਜ਼ ਦੀ ਬਿਗੇਸਟ ਥਿੰਗ ਇਨ ਦੇਅਰ ਦੈਟ ਇੰਸਟੀਗੇਟ ਦੈਟ, ਉਹਨਾਂ ਲੋਕਾਂ ਨੂੰ ਐਕਸਾਈਟ ਕਰਦਾ ਕਿ ਕਰ ਦਿਓ ਡਿਵੋਰਸ, ਇਹ ਕੰਮ ਕਰਨ ਵਾਲੇ ਬੰਦੇ ਦੀ ਗੱਲ ਕਿਉਂ ਸੁਣਨੀ ਆ ਤੁਸੀਂ? ਇਸ ਲਈ ਜਾਤੀ ਇਹ ਚੀਜ਼ਾਂ ਕੁਛ ਚੀਜ਼ਾਂ ਨਹੀਂ ਫਿਕਸ ਹੁੰਦੀਆਂ ਉਹਨਾਂ ਟਾਈਮ, ਔਰ ਸਫਰ ਬਾਅਦ ਚ ਕਰਦੇ ਆ ਉਹਨਾਂ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਨਾ ਹੁਣ ਗਵਰਨਮੈਂਟ ਕੋਈ ਕਰ ਸਕਦੀ ਹੈ ਕੁਛ, ਨਾ ਕੋਰਟ ਕਰ ਸਕਦੀ ਹੈ, ਬੰਦਾ ਕੰਮ ਛੱਡ ਕੇ ਬਹਿ ਜਾਂਦਾ। ਵਰਕਿੰਗ ਸਪਾਊਸ ਆਈ ਮੀਨ, ਚਾਹੇ ਲੇਡੀ ਆ ਜਾਂ ਬੰਦਾ, ਉਹ ਓਕੇ ਕੰਮ ਛੱਡ ਕੇ ਬਹਿ ਜਾਏਗਾ, ਦੈਨ ਬੱਚਿਆਂ ਦਾ ਫਿਊਚਰ ਵੀ ਗਿਆ, ਉਹਨਾਂ ਆਪ ਦਾ ਦੋਹਾਂ ਦਾ ਵੀ ਫਿਊਚਰ ਗਿਆ। ਸੋ ਦੇ ਆਰ ਮਲਟੀਪਲ ਸੋਸ਼ਲ ਪੀਪਲ ਸੋਸ਼ਲ ਸੋਸਾਇਟੀ ਨੂੰ ਇਹਦੇ ਤੇ ਵਰਕ ਕਰਨਾ ਚਾਹੀਦਾ ਗਵਰਨਮੈਂਟ ਤੇ। ਆਈ ਹੋਪ ਜੱਜਸ ਆਰ ਓਨੈਸਟ। ਥੈਂਕ ਯੂ ਜੀ। ਆਈ ਪ੍ਰੇ ਟੂ ਗਾਡ ਕਿ ਜੱਜਸ ਨੂੰ ਪਲੀਜ਼, ਪੀਪਲ ਲੁੱਕ ਐਟ ਦੈਮ ਲਾਈਕ ਏ ਗਾਡ, ਬਟ ਗਾਡ ਬਿਕਮ ਡੈਵਲ ਸਮਟਾਈਮਸ। ਓਕੇ ਥੈਂਕ ਯੂ ਜੀ। ਪਸ਼ੌਰਾ ਸਿੰਘ ਜੀ, ਤੁਸੀਂ ਇੱਕ ਬੜਾ ਵਧੀਆ ਪੁਆਇੰਟ ਲਿਆਂਦਾ ਕਿ ਵੀਡੀਓ ਬਣਾਉਣੀ ਚਾਹੀਦੀ ਹੈ, ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਦੈਟ ਇਜ਼ ਵੈਰੀ ਗੁੱਡ, ਮੈਂ ਤੁਹਾਡੇ ਨਾਲ ਐਗਰੀ ਕਰਦਾ। ਪਰ ਤੁਹਾਨੂੰ ਪਤਾ ਵੀ ਜਿਹੜਾ ਕੈਲੀਫੋਰਨੀਆ ਨਾ, ਇਹ ਦੁਨੀਆ ਦੇ ਬੰਨੇ ਚੱਲਦੀ ਹੈ, ਗਦਰ ਮੂਵਮੈਂਟ ਵੀ ਇੱਥੋਂ ਚੱਲ ਰਹੀ ਸੀ, ਹੋਰ ਵੀ ਸਾਰੇ ਕੰਮ ਹੁੰਦੇ ਨੇ, ਆਪਣੇ ਵੀ ਸਾਰੇ ਇਸ ਤਰੀਕੇ ਨਾਲ ਚੱਲਦੇ ਨੇ। ਅਸੀਂ ਵੀ ਇਹੀ ਕੋਸ਼ਿਸ਼ ਕਰਦੇ ਹਾਂ ਕਿ ਨਿਊਜ਼ ਮੀਡੀਆ ਇਹੋ ਜਿਹਾ ਕੰਮ ਖੜਾ ਕਰ ਦਈਏ ਤਾਂ ਕਿ ਅਸੀਂ ਸੱਚਾਈ ਲੈ ਕੇ ਅੱਗੇ ਆਈਏ। ਜਿਹੜੀ ਤੁਸੀਂ ਗੱਲ ਕੀਤੀ ਆ, ਇਹ ਤੁਹਾਡੇ ਸ਼ੁਰੂ ਹੋਣਾ, ਅਸੀਂ ਕਰਨਾ, ਕਿਉਂਕਿ ਪਰਪਜ਼ ਇਹ ਆ, ਇਹ ਜ਼ਰੂਰੀ ਜਿਹੜੇ ਡਿਵੋਰਸ ਹੋਣੇ ਆ ਕਿ ਬਿਜ਼ਨਸਮੈਨ ਦੇ ਹੁੰਦੇ ਨੇ। ਅੱਜ ਕੱਲ੍ਹ ਲੇਡੀਜ਼ ਕੰਮ ਕਰਦੀਆਂ ਨੇ ਬਰਾਬਰ, ਇਹ 60-70% ਲੋਕ ਜਿਹੜੇ ਕੁੜੀਆਂ ਨੇ ਉਹ ਵਿਆਹ ਵੀ ਨਹੀਂ ਕਈ ਤਾਂ ਕਰਾਉਂਦੀਆਂ ਹੋਈਆਂ, ਇਸ ਕਰਕੇ ਨਹੀਂ ਕਰਾਉਂਦੀਆਂ ਕਿ ਵੀ ਡੋਂਟ ਨੀਡ ਇਵਨ ਡੋਮੀਨੇਸ਼ਨ ਫਰੋਮ ਦ ਮੈਨ। ਬੜਾ ਕੁਛ ਚੱਲ ਰਿਹਾ ਹੈਗਾ, ਜਿਨ੍ਹਾਂ ਦੀ ਲੜਕੀਆਂ ਨੇ ਲੜਕੇ ਆ ਸਾਰਾ ਕੁਝ ਦਿਖਦਾ ਹੋਵੇ। ਅੱਛਾ, ਇਹ ਜ਼ਰੂਰੀ ਨਹੀਂ ਵੀ ਡਿਵੋਰਸ ਉਹਨਾਂ ਦਾ ਇਸ ਕਰਕੇ ਹੋ ਰਿਹਾ ਹੈਗਾ ਕਿ ਆਦਮੀ ਤੰਗ ਕਰਦਾ ਜਾਂ ਸਪੋਜ਼ ਤੰਗ ਕਰਦਾ। ਵੈਸੇ ਵੀ ਇੰਡੀਪੈਂਡੈਂਟ ਲਾਈਫ ਆਪਣੀ ਚਾਹੁੰਦੇ ਹਰ ਇੱਕ ਬੰਦਾ, ਦੇ ਵਾਂਟ ਰਿਸਪੈਕਟ ਇਚ ਅਦਰ, ਇਟ ਹੈਪਨਿੰਗ। ਹੁਣ ਆਪਣਾ ਕੁਐਸਚਨ ਇਹ ਆਉਂਦਾ ਹੈਗਾ ਕਿ ਅਸੀਂ ਹਾਊ ਵੀ ਕੈਨ ਪ੍ਰੋਸੀਡ ਫਰਦਰ। ਅਸੀਂ ਕੋਸ਼ਿਸ਼ ਇਹ ਕਰੀਏ ਕਿ ਜਿਹੜੇ NRE ਵਰਲਡਵਾਈਡ ਬੈਠੇ ਆ, ਅਸੀਂ ਆਪਦਾ ਇੱਕ ਚੈਨਲ ਦੇ ਵਿੱਚ ਵੀ ਐਵਰੀ ਮੰਥ ਸਮਥਿੰਗ ਮੇਕ ਅਵੇਅਰਨੈਸ ਟੂ ਦਾ ਪੀਪਲ, ਸਪੈਸ਼ਲੀ NRIs, ਜਿਹੜੀ ਕਿ ਇਸ ਤਰੀਕੇ ਨਾਲ, ਇਹ ਮਹਿੰਗਾ ਪੈਂਦਾ ਕੰਮ ਬਹੁਤ ਜ਼ਿਆਦਾ, ਕਿਉਂਕਿ ਜੇ ਜੇ ਕਰਨੀ ਆ ਤੁਸੀਂ, ਜਦੋਂ ਬੱਚੇ ਤੁਹਾਡੇ 16-15 ਦੇ ਹੈਗੇ, 14 ਕੇ, ਡੋਂਟ ਡੂ ਇਟ, ਘੁੱਟ ਤੱਬ ਕੇ ਉਹਨੂੰ ਯੂਨੀਵਰਸਿਟੀ ਕੱਢ ਲਓ ਟਾਈਮ। ਇਹ ਮੈਂ ਸਮਰਾ ਸਾਹਿਬ ਨੇ ਮੇਰੀ ਗੱਲਬਾਤ ਚੱਲਦੀ ਨਹੀਂ ਸੀ, ਜਾਂ ਇਹ ਕੰਮ ਕਰ ਲਓ ਜਦੋਂ 6-7-8 ਸਾਲ ਦੇ ਹੈਗੇ ਆ, ਕੋਈ ਗੱਲ ਨਹੀਂ, ਠੀਕ ਆ, ਮੈਂ ਸਪੋਰਟ ਕਰਾਂਗਾ, ਦੇਈ ਜਾਵਾਂਗਾ 16-17 ਦੀ ਉਮਰ ਤੱਕ, ਉਹਨੇ ਬੱਚਿਆਂ ਨੂੰ ਵੀ ਆਪਣੇ ਆਪ ਖੜੇ ਹੋ ਜਾਣਗੇ, ਯੂਜ਼ ਟੂ ਵੀ ਹੋ ਜਾਣਗੇ, ਲੇਡੀ ਵੀ ਆਪਣੇ ਪੈਰਾਂ ਤੇ ਖੜੀ ਹੋਈ, ਉਹਨੂੰ ਪਤਾ ਲੱਗੂਗਾ ਵੀ ਕਿਵੇਂ ਕੰਮ ਚੱਲ ਰਿਹਾ। ਸੋ ਆਈ ਥਿੰਕ ਵੀ ਸ਼ੁਡ ਕੰਟੀਨਿਊ ਦਿਸ ਟੋਪਿਕ, ਐਂਡ ਡੈਫੀਨੇਟਲੀ ਜਿਹੜੇ ਇੰਡੀਆ ਦੇ ਵਿੱਚ ਲੱਗੇ ਹੋਏ ਨੇ ਉਹ ਤਾਂ ਹੁਣ ਜਿਵੇਂ ਤਮਾਸ਼ਾ ਹੁੰਦਾ ਨਾ ਇੱਕ ਦੂਏ ਨਾਲ, ਚਲੋ ਇਹ ਕਰ ਲਓ, ਇਹ ਉਹ ਅਕਸੈਪਟ ਕਰੀ ਜਾਂਦੇ ਨੇ ਲੋਕ, ਪਰ ਪੀਪਲ ਡੋਂਟ ਲਾਈਕ ਐਟ ਦੈਟ ਟਾਈਮ। ਜਿਹੜਾ ਮੈਂ ਸਟੱਡੀ ਕਰ ਰਿਹਾ ਹੈਗਾ, ਲੋਕ ਲਾਈਕ ਨਹੀਂ ਕਰਦੇ ਪੋਲੀਟੀਸ਼ੀਅਨ ਨੂੰ ਇਸ ਤਰੀਕੇ ਨਾਲ ਕਿ ਤੁਸੀਂ ਤੁਸੀਂ ਟੌਪਿਕ ਲੈ ਕੇ ਆਓ ਆਪਦਾ ਮੁੱਦਿਆਂ ਦੇ ਉੱਪਰ, ਕਿ ਅਸੀਂ ਬੈਂਕ ਤੁਹਾਨੂੰ ਲਾਅ ਮੇਕਰ ਬਣਾਇਆ ਅਸੀਂ ਲੋਕਾਂ ਨੇ,
ਤੁਸੀਂ ਮਖੌਲਬਾਜ਼ੀ ਬਣਾਇਆ ਹੋਇਆ ਕਿ ਦੋਨੇ ਤਿੰਨੇ ਚਾਰੇ ਬੰਦੇ ਲੀਡਰ ਬੈਠੇ ਆਸ ਵਿੱਚ ਇੱਕ ਦੂਜੇ ਦੇ ਦਿਖਾਉਣ ਲੱਗਿਆਂ ਲੋਕਾਂ ਨੂੰ ਤਮਾਸ਼ਾ ਦਿਖਾਉਣ ਲੱਗਿਆਂ, ਨਾਲੇ ਬੱਚੇ ਦੀ ਹੁਣ ਕੁੜੀ ਦਾ ਵਿਚਾਰੀ ਦਾ ਕੀ ਕਸੂਰ ਆ ਬੱਚੇ ਦਾ, ਕਬਰਾ ਉਹਨੇ ਕੀ ਬੋਲਣਾ ਗਾਹਾਂ ਉਹਦੀ, ਉਹ ਕੁਛ ਬੈਠਾ ਥੋੜੋ ਆ, ਠੀਕ ਨਹੀਂ। ਅਸੀਂ NRI ਕੋਸ਼ਿਸ਼ ਕਰੀਏ ਕੋਈ ਨਾ ਕੋਈ ਇਸ ਤਰ੍ਹਾਂ ਦਾ ਬਣੀ ਜਾਏ ਤਾਂ ਕਿ ਇਹ ਬਹੁਤ ਹੈਲਪਫੁਲ ਹੋਏਗਾ, ਡਿਵੋਰਸ ਬਹੁਤ ਹੋ ਰਹੇ ਹਨ। ਥੈਂਕ ਯੂ ਵੈਰੀ ਮੱਚ, ਐਪਰੀਸ਼ੀਏਟ। ਕੀਮਾ ਸਾਹਿਬ ਤੁਸੀਂ ਕਹਿਣਾ ਨਹੀਂ ਚਾਹੁੰਦੇ? ਲਾਹੌਰ ਜੀ ਸਾਹਿਬ, ਮੈਂ ਮੈਂ ਬਸ ਇੱਕ ਗੱਲਾਂ ਹੋਈ ਜਿਹੜੀ ਹੋਈ ਕਮੈਂਟਰੀ ਉਹ ਬਸ ਕੰਕਲੂਡ ਕਰਦਾ। ਪਹਿਲੀ ਗੱਲ ਇਹੀ ਸੀ ਜੇ ਹੁਣ ਬਾਅਦ ਚ ਵੀ ਨੇ ਸਮਰਾ ਸਾਹਿਬ ਨੇ ਕਿਹਾ ਹੈਗਾ, ਹਾਂਜੀ ਬੇਸਿਕ ਰੀਜ਼ਨ ਹੈ ਇਹ ਠੀਕ ਹੈ ਕਿ ਸਾਨੂੰ ਸ਼ੁਰੂ ਤੋਂ ਚਾਹੀਦਾ ਹੈ, ਜਿਵੇਂ ਆਪਾਂ ਵੀਡੀਓ ਵਾਲੀ ਗੱਲ ਕੀਤੀ ਮੈਸੇਜ ਦੇਣ ਦੀ ਅਵੇਅਰਨੈਸ ਦੀ, ਮੇਰੇ ਖਿਆਲ ਨਾਲ ਇਹ ਮੈਂ ਨੈਗੇਟਿਵ ਨਹੀਂ, ਮੈਂ ਪੋਜ਼ਿਟਿਵ ਜੇ ਕਹਾਂਗਾ ਤਾਂ ਠੀਕ, ਆਪਾਂ ਨੂੰ ਕੰਟੀਨਿਊ ਕਰਨਾ ਚਾਹੀਦਾ ਚਾਹੇ ਉਹਦਾ ਅਸਰ ਹੋਵੇ ਚਾਹੇ ਨਾ ਹੋਵੇ। ਹਾਂਜੀ ਇਹ ਤਾਂ ਹਾਂਜੀ ਐਥਿਕਸ ਦੀ ਗੱਲ ਹੈ, ਜੇ ਸ਼ੁਰੂ ਤੋਂ ਹੀ ਐਜੂਕੇਸ਼ਨ ਦਾ ਪਾਰਟ ਹੁੰਦਾ ਹੌਲੀ ਹੌਲੀ ਆਈ ਜਾਵੇ ਠੀਕ ਹੈ, ਪਰ ਹਾਂ ਉਹ ਵੀ ਉੱਥੇ ਆ ਕੇ ਫੇਲ ਹੋ ਜਾਂਦਾ ਜਦੋਂ ਤੁਹਾਨੂੰ ਜਦੋਂ ਸਿਚੁਏਸ਼ਨ ਚ ਆਉਂਦੇ ਹੋ ਤਾਂ ਇਧਰੋਂ ਤੁਹਾਨੂੰ ਇੱਕ ਪੁਆਇੰਟ ਮਿਲਦਾ, ਇੱਕ ਇਧਰੋਂ ਫੀਡਬੈਕ ਮਿਲਦੀ, ਉਹ ਨੈਗੇਟਿਵ ਫੀਡਬੈਕ ਜਿਹੜੀ ਹੈ ਜ਼ਿਆਦਾ ਅਟਰੈਕਟ ਕਰਦੀ, ਮੈਨੂੰ ਤਾਂ ਆਹ ਫਾਇਦਾ ਆਹ ਫਾਇਦਾ ਉਹਨਾਂ ਦੇ ਅੰਦਰ ਆ ਕੇ ਹੁੰਦਾ ਹੈ। ਦੂਸਰੀ ਗੱਲ ਜਿਵੇਂ ਤੁਸੀਂ ਕਹਿ ਰਹੇ ਕਿ ਜੇ ਪਲੈਨਡ ਤਰੀਕੇ ਨਾਲ ਵੀ ਜੇ ਭਾਈ ਵੱਖ ਹੋਣਾ ਪਲੈਨਡ ਦੀ ਗੱਲ ਐਸ ਏਜ ਤੇ ਐਸ ਡੇ ਤੇ, ਦੈਟਸ ਨਾਟ ਪੋਸੀਬਲ। ਰੀਜ਼ਨ ਹੈਗੇ ਇਹ ਤਾਂ ਮੋਮੈਂਟੇਰੀਲੀ ਹੁੰਦਾ, ਉਹ ਮੋਮੈਂਟ ਹੁੰਦੀ ਹੈ ਸਪਰ ਆਫ ਮੋਮੈਂਟ, ਜਸਟ ਈਗੋ ਕਰਕੇ ਅਸੀਂ ਇਹ ਰਿਲੇਸ਼ਨ ਡਿਫਾ ਕਰਦੇ, ਰੀਜ਼ਨ ਕੋਈ ਨਹੀਂ ਹੁੰਦਾ, ਸਭ ਸਮਾਲ ਈਗੋਜ਼ ਹੁੰਦੀਆਂ ਨੇ ਜਿਹਦੇ ਕਰਕੇ ਅਸੀਂ, ਤੇ ਉਦੋਂ ਜਦੋਂ ਈਗੋ ਆਉਂਦੀ ਫਿਰ ਲੋ ਰੀਜ਼ਨ ਬੱਚੇ ਕੀ ਹੈ ਬੋਲੋ, ਕਹਿੰਦੇ ਕਿ ਅਸੀਂ ਬੱਚਿਆਂ ਦੇ ਵਾਸਤੇ ਕਰਦੇ, ਅਸੀਂ ਬੱਚਿਆਂ ਕਰਕੇ ਕਰਦੇ ਆ, ਪਰ ਜਸਟ ਯੂ ਆਰ ਪਲੇਇੰਗ ਜਸਟ ਵਿਦ ਯੋਰ ਈਗੋ, ਈਗੋ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦੇ, ਬੱਚਿਆਂ ਦਾ ਇੰਟਰਸਟ ਉੱਥੇ ਖਤਮ ਹੋ ਜਾਂਦਾ, ਉਹੀ ਬੱਚੇ ਨੇ ਸਫਰ। ਸੋਲੂਸ਼ਨ ਤਾਂ ਇੱਕੋ ਹੀ ਹੈ, ਇੰਟਰਨਲ ਅਵੇਅਰਨੈਸ ਹੈ, ਜਿਵੇਂ ਤੁਸੀਂ ਕੰਮ ਹੈ ਚਾਹੇ ਤੇ ਬਿਜ਼ਨਸ ਹੈ ਜਾਂ ਕੁਛ ਵੀ ਹੈ, ਜੇ ਤਾਂ ਦੋਨੇ ਜਾਣੇ ਇਕੱਠੇ ਨੇ ਇੱਕ ਆ, ਫਿਰ ਤਾਂ ਸਪੋਰਟ ਹੁੰਦੀ ਹੈ, ਕੰਮ ਕਰਦੇ ਨੇ, ਅਦਰਵਾਈਜ਼ ਔਖਾ, ਦੋਨੇ ਸਪੋਰਟ ਨਾਲ ਚਾਹੀਦਾ, ਰਲ ਕੇ ਚੱਲਦਾ। ਅਦਰਵਾਈਜ਼ ਜੇ ਸਮਝ ਸੀ ਕੱਲ ਨੂੰ ਕੋਈ ਲੋੜ ਨਹੀਂ ਤਾਂ ਫਿਰ ਇਹਨਾਂ ਨੂੰ ਬਿਜ਼ਨਸ ਕਰਕੇ ਪੈਸੇ ਕਮਾਉਣ ਦੀ ਕੀ ਲੋੜ ਆ, ਕਿਹਦੇ ਵਾਸਤੇ ਕਰਨਾ, ਇਹਨਾਂ ਦੇ ਮਨ 'ਚ ਵੀ ਆਜੂਗਾ ਮੈਂ ਕਿਹਦੇ ਵਾਸਤੇ ਕਰਨਾ, ਇਹ ਛੱਡ ਕੇ ਬਹਿ ਜਾਣਗੇ। ਉੱਥੇ ਉਹੀ ਗੱਲ ਜਿਹੜੀ ਇਹਨਾਂ ਨੇ ਕਹੀ ਹੈ ਕਿ ਇਨਕਮ ਘਟਣ ਦੇ ਕਾਰਨ ਜੋ ਬੰਦੇ ਦੇ ਅੰਦਰੋਂ ਇਮੋਸ਼ਨਸ ਹੀ ਖਤਮ ਹੋ ਗਏ, ਮੋਟੇ ਵੀ ਖਤਮ ਹੋ ਗਿਆ, ਮੈਂ ਕਾਹਦੇ ਵਾਸਤੇ ਜੂਣਾ, ਕਾਹਦੇ ਵਾਸਤੇ ਕਮਾਉਣਾ, ਤਾਂ ਰਾਈਟ ਦੈਟ ਇਜ਼ ਦੀ ਐਂਡ ਆਫ ਇਟ। ਥੈਂਕ ਯੂ ਥੈਂਕ ਜੀ, ਯੂ। ਐਪਰੀਸ਼ੀਏਟ। ਪਸ਼ੌਰਤ ਸਿੰਘ ਜੀ, ਦੂਸਰਾ ਟੌਪਿਕ ਦਾ ਛੋਟਾ ਮੋਟਾ ਕਰਨਾ ਉਹਦਾ ਕੀ ਕੋਈ ਉਹਦਾ? ਮੈਂ ਜਸਟ ਵਾਂਟ ਟੂ ਕਮੈਂਟ ਔਨ ਦਿਸ ਵਨ। ਦੇਖੋ ਇਹ ਨਾ ਦੋ ਦੋ ਗੱਲਾਂ ਨੇ ਇਸ ਵੇਲੇ। ਇੱਕ ਤਾਂ ਅਵੇਅਰਨੈਸ ਜਿਹੜੀ ਆਪਾਂ ਸਾਰੀ ਡਿਸਕਸ਼ਨ ਦਾ ਸਿੱਟਾ, ਉਹ ਅਵੇਅਰਨੈਸ ਜਿਹੜੀ ਆ ਉਹ ਫੈਲਾਈ ਜਾਵੇ। ਉਹਦੇ ਵਿੱਚ ਜਿਹੜੇ ਇਹਦੇ ਸਪੈਸ਼ਲਿਸਟ ਨੇ, ਸਾਈਕਾਲੋਜਿਸਟ ਨੇ, ਹਾਂ ਜੀ ਹਾਂ ਮੈਰਿਜ ਐਕਸਪਰਟਸ ਨੇ, ਜਾਂ ਜੋ ਵੀ ਐਜੂਕੇਸ਼ਨ ਦਾ ਕਰਿਕੁਲਮ ਬਣ ਸਕਦਾ ਉਹਦਾ ਦਿੱਤਾ ਜਾਵੇ। ਪਰ ਮੈਂ ਨਾ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈ ਇਸ ਵੇਲੇ ਉਹ ਇਹ ਹੈ ਕਿ ਇਹ ਡਿਸਟਰਕਟਿਵ ਡਿਬੇਟ ਜਿਹੜੀ ਹੈ ਇਹਨੂੰ ਖਤਮ ਕੀਤਾ ਜਾਵੇ। ਔਰ ਇਹ ਖਤਮ ਜਿਹੜੀ ਹੈ ਨਾ ਉਹ ਵਟ ਐਵਰ ਇਟ ਟੇਕਸ, ਦੀਸ ਪੀਪਲ, ਦੀਸ ਬੋਥ ਪੀਪਲ ਸ਼ੁਡ ਸਟਾਪ ਵਟ ਦੇ ਆਰ ਡੂਇੰਗ ਐਂਡ ਦੇ ਸ਼ੁਡ ਗੋ ਬੈਕ ਟੂ ਦ ਡਰਾਇੰਗ ਬੋਰਡ ਐਂਡ ਸਟਾਰਟ ਟਾਕਿੰਗ ਅਬਾਊਟ ਦ ਪੰਜਾਬ ਇਸ਼ੂਜ਼। ਉਹ ਮੇਰੇ ਕੋਲ ਫਾਰਮੂਲਾ ਤਾਂ ਨਹੀਂ ਵੀ ਕਿਹੜੀ ਗੱਲ ਇਹਨਾਂ ਨੂੰ ਕੋਈ ਆਖੇ ਤੇ ਸਮਝਾਵੇ। ਉਹ ਦਾ ਪੀਪਲ ਪ੍ਰੈਸ਼ਰ ਕੈਨ ਡੂ ਇਟ ਐਂਡ ਦੇ ਸ਼ੁਡ ਡੂ ਇਟ। ਜਦੋਂ ਮੈਂ ਨਾ ਵੀ ਕੋਈ ਡਾਕੂਮੈਂਟਰੀ ਬਣਾਈ ਜਾਵੇ ਤੇ ਉਹ ਬੜੀ ਸੋਚ ਸਮਝ ਕੇ ਸਾਰਾ ਕੁਝ ਕਰਕੇ ਹੀ ਬਣਾਈ ਜਾਵੇ ਜਿਹੜੀ ਇਹਨਾਂ ਨੂੰ ਓਵਰਰੂਲ ਕਰੇ, ਇਹਨਾਂ ਦੇ ਉੱਪਰ ਤੇ ਜਾ ਕੇ ਉਹ ਵਾਇਰਲ ਹੋ ਸਕੇ। ਤੇ ਉਹ ਵੈਰੀ ਐਵੇਂ ਨਹੀਂ ਵੀ ਤੁਰ ਕੇ ਕੋਈ ਇੰਟਰਵਿਊ ਦੇ ਦੇਵੇ ਕੋਈ ਤੇ ਉਹ ਵਾਇਰਲ ਹੋ ਜਾਊਗੀ। ਉਹ ਦੈਟ ਇਜ਼ ਅ ਪ੍ਰੋਫੈਸ਼ਨਲ ਥਿੰਗ ਉਹ ਕਰਕੇ, ਪਰ ਵਟ ਐਵਰ ਇਟ ਟੇਕਸ ਦੀਸ ਟੂ ਪੀਪਲ ਸ਼ੁਡ ਸਟਾਪ ਐਂਡ ਯੂ ਨੋ ਦੇ ਸ਼ੁਡ ਗੋ ਬੈਕ ਟੂ ਦ ਇਸ਼ੂਜ਼। ਓਕੇ, ਥੈਂਕ ਯੂ, ਥੈਂਕ ਯੂ।